ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦ ਸਟੇਟ ਟੀਵੀ ਦੀ ਖਾਸ ਪੇਸ਼ਕਸ਼ ਪੁਆਇੰਟ ਆਫ ਵਿਊ ਵੇਖ ਰਹੇ ਹੋ ਤੁਸੀਂ ਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਨਵਕਿਰਨ ਪਤੀ ਸਾਹਿਬ। ਪਤੀ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਮਸਲਿਆਂ ਦੇ ਵੱਲ ਵੀ ਵਧਾਂਗੇ। ਪਤੀ ਸਾਹਿਬ ਸਵਾਗਤ ਹੈ ਜੀ। ਸ਼ੁਕਰੀਆ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਜਿਹੜੇ ਵੱਖ ਵੱਖ ਮਸਲਿਆਂ ਦੇ ਉੱਤੇ ਰਹੇਗੀ। ਖਾਸ ਤੌਰ ਦੇ ਉੱਤੇ ਬੀਬੀ ਜਗੀਰ ਕੌਰ ਦੇ ਵੱਲੋਂ ਇੱਕ ਵੱਖਰਾ ਕਦਮ ਪੁੱਟ ਲਿਆ ਗਿਆ। ਇੱਕ ਪਾਸੇ SGPC ਦੀਆਂ ਚੋਣਾਂ ਦੇ ਲਈ ਵੋਟਾਂ ਬਣਾਉਣ ਦੇ ਲਈ ਐਲਾਨ ਹੋ ਜਾਂਦਾ, ਦੂਜੇ ਪਾਸੇ ਬੀਬੀ ਜਗੀਰ ਕੌਰ ਦੇ ਵੱਲੋਂ ਇੱਕ ਵੱਖਰਾ ਫਰੰਟ ਤਿਆਰ ਕਰ ਲਿਆ ਜਾਂਦਾ, ਉਸ ਦੇ ਉੱਤੇ ਗੱਲਬਾਤ ਰਹੇਗੀ। ਉਧਰ ਦੂਜੇ ਪਾਸੇ SGPC ਦੇ ਪ੍ਰਧਾਨ ਆਖਿਰਕਾਰ ਅਮਿਤ ਸ਼ਾਹ ਹੁਣਾਂ ਨੂੰ ਮਿਲ ਕੇ ਆਏ ਨੇ। ਕੀ ਮੁਲਾਕਾਤ ਦੇ ਵਿੱਚ ਰਿਹਾ, ਅੰਦਰਲੀਆਂ ਗੱਲਾਂ ਦਾ ਪੋਸਟਮਾਰਟਮ ਅੱਜ ਇਸ ਪ੍ਰੋਗਰਾਮ ਦੇ ਵਿੱਚ ਰਹੇਗਾ। ਤੇ ਨਾਲ ਦੀ ਨਾਲ ਗੱਲਬਾਤ ਜਿਹੜੀ ਰਵਨੀਤ ਬਿੱਟੂ ਦੇ ਵੱਲੋਂ ਜਿਸ ਕਦਰ ਜੱਫੀ ਨੂੰ ਲੈ ਕੇ, ਨਵਜੋਤ ਸਿੰਘ ਸਿੱਧੂ ਹੋਣਾ ਤੇ ਮਜੀਠੀਏ ਦੀ ਜੱਫੀ ਨੂੰ ਲੈ ਕੇ ਜ਼ਿਕਰ ਕੀਤਾ ਜਾ ਰਿਹਾ ਹੈ, ਉਸ ਦਾ ਸਿਆਸੀ ਅਤੇ ਸਮਾਜਿਕ ਜਿਹੜਾ ਜ਼ਿਕਰ ਵੀ ਰਹੇਗਾ। ਤੇ ਨਾਲ ਹੀ ਮਸਲੇ ਜਿਹੜੇ ਪੰਜਾਬ ਦਾ ਫੰਡ, ਜੋ ਇੱਕ ਕਰਜ਼ਾ ਮਿਲਦਾ, ਇੱਕ ਲਿਮਿਟ ਮਿਲਦੀ ਆ, ਲੋਨ ਲਿਮਿਟ, ਉਸਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ, ਕੈਂਚੀ ਚੱਲੀ ਆ ਉਹਨਾਂ ਫੰਡਾਂ ਦੇ ਉੱਤੇ ਵੀ, ਹੁਣ ਉਸਦੇ ਉੱਤੇ ਵੀ ਗੱਲਬਾਤ ਜਿਹੜੀ ਕਰਾਂਗੇ। ਰੇਲ ਹਾਦਸੇ ਦਾ ਜ਼ਿਕਰ ਵੀ ਰਹੇਗਾ ਤੇ ਨਾਲ ਦੀ ਨਾਲ ਜ਼ਿਕਰ ਪੰਜਾਬ ਦੇ ਹੋਰ ਗੰਭੀਰ ਮਸਲਿਆਂ ਦੇ ਉੱਤੇ ਚੱਲਦੇ ਪ੍ਰੋਗਰਾਮ ਚ ਕਰਦੇ ਰਵਾਂਗੇ। ਸਭ ਤੋਂ ਪਹਿਲਾਂ ਪਤੀ ਸਾਹਿਬ, ਬੀਬੀ ਜਗੀਰ ਕੌਰ ਹੋਣਾ ਨੇ ਜਿਹੜਾ ਕਦਮ ਪੁੱਟਿਆ, ਹਾਲਾਂਕਿ ਇਸ ਦੀ ਆਸ ਤੇ ਉਮੀਦ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਹੀ ਲਾ ਲਈ ਸੀ ਕਿ ਬੀਬੀ ਜਗੀਰ ਕੌਰ ਹੁਣ ਇਸ ਪਾਸੇ ਵੱਲ ਵਧਣਗੇ, ਪਰ ਇੰਨੀ ਛੇਤੀ ਵਧਣਗੇ, ਇਸ ਦੀਆਂ ਕਿਆ ਸਰਾਈਆਂ ਤੇ ਕਿਤੇ ਨਾ ਕਿਤੇ ਬ੍ਰੇਕ ਜ਼ਰੂਰ ਸੀ। ਪਰ ਜਿਸ ਕਦਰ ਦੇ ਨਾਲ ਜਲੰਧਰ ਦੇ ਵਿੱਚ ਪਹਿਲਾਂ BJP ਨੂੰ ਸਪੋਰਟ ਕਰਨਾ, ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਵਿਖਾਉਣਾ, ਤੇ ਉਸ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਹੋਣਾ ਦੇ ਵੱਲੋਂ ਇੱਕ ਵੱਖਰਾ ਫਰੰਟ ਤਿਆਰ ਕਰ ਲੈਣਾ ਜਾਣਾ, ਇਹਨੂੰ ਕਿੱਦਾਂ ਵੇਖਦੇ ਹੋ ਜੀ? ਗਗਨਦੀਪ ਜੀ, ਵਾਕਈ ਮਸਲਾ ਇਹ ਜਿਹੜਾ ਗਾ ਉਹ ਅੱਜ ਸਿਆਸੀ ਗਲਿਆਰਿਆਂ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣ ਚੁੱਕਿਆ, ਕਿਉਂਕਿ ਕੱਲ ਬੀਬੀ ਜਗੀਰ ਕੌਰ ਹੋਰਾਂ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ। ਐਲਾਨ ਬੜਾ ਅਹਿਮ ਸੀ। ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਲਈ ਡਿਪਟੀ ਕਮਿਸ਼ਨਰਾਂ ਨੂੰ, ADCਾਂ ਨੂੰ, SDMਾਂ ਨੂੰ ਇੱਕ ਪੱਤਰ ਜਾਰੀ ਹੋਇਆ ਸੀ। ਉਸ ਪੱਤਰ ਦੇ ਨਾਲ ਸੰਭਾਵਨਾ ਬਣ ਗਈ ਸੀ ਕਿ ਬਹੁਤ ਜਲਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਨਗੀਆਂ ਤੇ ਉਸ ਤੋਂ ਬਾਅਦ ਬਹੁਤ ਜਲਦ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਗਾ। ਲੱਗਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਜਿਹੜੀਆਂ 12 ਸਾਲ ਤੋਂ ਨਹੀਂ ਪਈਆਂ ਉਹ ਪੈਣ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਆ। ਅਜਿਹੇ ਦੇ ਵਿੱਚ ਬੀਬੀ ਜਗੀਰ ਕੌਰ ਹੋਰਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਗਾ ਕਿ ਰਵਾਇਤੀ ਪਾਰਟੀਆਂ ਨੂੰ ਟੱਕਰ ਦਿਓ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਬੋਰਡ ਉਹਨਾਂ ਨੇ ਪੰਥਕ ਬੋਰਡ ਬਣਾਇਆ ਗਾ, ਪੰਥਕ ਬੋਰਡ ਉਮੀਦਵਾਰ ਖੜੇ ਕਰੂਗਾ SGPC ਇਲੈਕਸ਼ਨ ਦੇ ਲਈ, ਔਰ ਉਮੀਦਵਾਰ ਖੜੇ ਕਰਕੇ ਪੰਥਕ ਹਲਕਿਆਂ ਦੇ ਵਿੱਚ ਜਾਇਆ ਜਾਊਗਾ ਤੇ ਰਵਾਇਤੀ ਪਾਰਟੀਆਂ ਨੂੰ ਟੱਕਰ ਦਿੱਤੀ ਜਾਊ। ਹੁਣ ਜੇ ਦੇਖਿਆ ਜਾਵੇਗਾ ਗੰਦੀਪ ਜੀ, ਰਵਾਇਤੀ ਪਾਰਟੀਆਂ ਕੌਣ ਨੇ ਜਿਹਨਾਂ ਨੂੰ ਟੱਕਰ ਦੇਣ ਦੀ ਬੀਬੀ ਜਗੀਰ ਕੌਰ ਗੱਲ ਕਰ ਰਹੇ ਨੇ? ਰਵਾਇਤੀ ਪਾਰਟੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜੀ ਮੇਨ ਸੱਤਾ ਦੇ ਵਿੱਚ ਰਹੀ ਆ, ਕਿਉਂਕਿ ਬਾਕੀ ਜਿਹੜੀਆਂ ਚਾਹੇ ਮਾਨ ਸਾਹਿਬ ਦੀ ਪਾਰਟੀ ਆ ਜਾਂ ਹੋਰ ਪਾਰਟੀਆਂ ਨੇ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਲੜਦੀਆਂ ਨੇ, ਉਹਨਾਂ ਚੋਂ ਕੋਈ ਵੀ ਪਾਰਟੀ ਆ ਜਿਹੜੀ ਉਹ ਸੱਤਾ ਦੇ ਵਿੱਚ ਨਹੀਂ ਰਹੀ SGPC ਦੀ ਦੇ ਵਿੱਚ, ਉਹ SGPC ਦੇ ਵਿੱਚ ਚੋਣ ਲੜਦੀਆਂ ਨੇ ਔਰ ਆਪਣੀ ਹਾਜ਼ਰੀ ਜਿਹੜੀ ਆ ਉਹ ਦਰਜ ਕਰਵਾਉਂਦੀਆਂ ਨੇ, ਪਰ ਬਹੁਤੇ ਉਮੀਦਵਾਰ ਜਿਹੜੇ ਉਹਨਾਂ ਦੇ ਜਿੱਤੇ ਨਹੀਂ। ਤਾਂ ਪਿਛਲੀ ਵਾਰ SGPC ਦੀ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਸਮਾਜ ਦੇ ਨਾਲ ਰਲ ਕੇ ਲਗਭਗ 50 ਫਿਰ ਜਿੱਤ ਆ ਜਿਹੜੀ ਉਹ ਦਰਜ ਕੀਤੀ ਸੀ ਔਰ 12 ਸਾਲ ਤੋਂ ਹੁਣ ਵੋਟਾਂ ਨਹੀਂ ਪਈਆਂ।
ਬੀਬੀ ਜਗੀਰ ਕੌਰ ਖੁਦ SGPC ਦੇ ਪ੍ਰਧਾਨ ਉਸੇ ਰਵਾਇਤੀ ਪਾਰਟੀ ਵੱਲੋਂ ਰਹੇ ਆ ਜਿਸ ਰਵਾਇਤੀ ਪਾਰਟੀ ਦੇ ਉਮੀਦਵਾਰਾਂ ਨੂੰ ਟੱਕਰ ਦੇਣ ਲਈ ਇਹਨਾਂ ਨੇ ਪੰਥਕ ਬੋਰਡ ਬਣਾਇਆ। ਬਿਲਕੁਲ ਬੀਬੀ ਜਗੀਰ ਕੌਰ ਖੁਦ ਦਾ ਨਾਂ ਖੁਦ ਦਾ ਉਸ ਲਿਫਾਫੇ ਦੇ ਵਿੱਚੋਂ ਨਿਕਲਦਾ ਰਿਹਾ ਜਿਸ ਲਿਫਾਫਾ ਕਲਚਰ ਦੇ ਖਿਲਾਫ਼ ਬੀਬੀ ਜਗੀਰ ਕੌਰ ਨੇ ਧਾਮੀ ਸਾਹਿਬ ਦੇ ਖਿਲਾਫ਼ ਪ੍ਰਧਾਨਗੀ ਦੀ ਚੋਣ ਲੜੀ ਸੀ। ਬੀਬੀ ਜਗੀਰ ਕੌਰ SGPC ਦੇ ਪ੍ਰਧਾਨ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਸਿੱਧੀ ਸਪੋਰਟ ਦਿੱਤੀ ਹੈ। ਜਿਹੜਾ ਇਹ ਪੰਥਕ ਬੋਰਡ ਬਣਾਇਆ ਗਿਆ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਵਿਚਾਰ ਹੈ ਕਿ ਉਹਨਾਂ ਤੋਂ ਇਹਦੇ ਵਿੱਚ ਰਾਇ ਨਹੀਂ ਲਈ ਗਈ, ਜਿਹਦਾ ਸਾਫ਼ ਮਤਲਬ ਆ ਕਿ ਬੀਬੀ ਜਗੀਰ ਕੌਰ ਦੇ ਵੱਲੋਂ ਇੱਕ ਬੋਰਡ ਜਿਹੜਾ ਬਣਾਇਆ ਜਾ ਰਿਹਾ ਉਹਦੀ ਮੇਨ ਕਰਤਾ ਧਰਤਾ ਬੀਬੀ ਜਗੀਰ ਕੌਰ ਹੀ ਹੈ, ਹੋਰ ਜਿਹੜੇ ਅਕਾਲੀ ਦਲ ਨੇ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਨਹੀਂ ਕੀਤੀ। ਜਿਵੇਂ ਇੱਕ ਸੰਭਾਵਨਾ ਇਹ ਵੀ ਨਜ਼ਰ ਆ ਰਹੀ ਸੀ ਗਗਨਦੀਪ ਜੀ ਕਿ ਹੋ ਸਕਦਾ ਹੈ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਿਨਾਂ ਬਾਕੀ ਜਿਹੜੀਆਂ ਪਾਰਟੀਆਂ ਨੇ ਪੰਥਕ ਉਹਨਾਂ ਦੇ ਇੱਕ ਵੱਡੇ ਹਿੱਸੇ ਦੇ ਨਾਲ ਕੋਈ ਤਾਲਮੇਲ ਦੇ ਵਿੱਚ ਇਲੈਕਸ਼ਨ ਆ ਜਿਹੜੀ ਲੜੇ ਬਾਦਲ ਪਰਿਵਾਰ ਨੂੰ ਟੱਕਰ ਦੇਣ ਦੇ ਲਈ, ਲੇਕਿਨ ਅਜਿਹਾ ਨਹੀਂ, ਬੀਬੀ ਜਗੀਰ ਕੌਰ ਨੇ ਪਹਿਲਾਂ ਹੀ ਪੰਥਕ ਬੋਰਡ ਦਾ ਐਲਾਨ ਹੈਗਾ ਜਿਹੜਾ ਉਹ ਕਰ ਦਿੱਤਾ ਗਾ। ਬੀਬੀ ਜਗੀਰ ਕੌਰ ਖੁਦ ਵਿਵਾਦਾਂ ਦੇ ਵਿੱਚ ਰਹੇ ਨੇ, ਵੈਸੇ ਉਹ ਖੁਦ ਇੱਕ ਡੇਰੇ ਦੇ ਸੰਚਾਲਕ ਨੇ ਔਰ ਡੇਰਾਬਾਦ ਦਾ ਜਿਹੜਾ ਗੱਲ ਹੈ ਉਹ SGPC ਦੇ ਵਿੱਚ ਬਹੁਤ ਚੱਲਦੀ ਰਹੀ ਆ। ਹਾਲਾਂਕਿ ਬੀਬੀ ਜਗੀਰ ਕੌਰ ਵਾਲਾ ਡੇਰਾ ਉਸ ਰੂਪ ਦਾ ਡੇਰਾ ਨਹੀਂ ਹੈ ਜਿਸ ਰੂਪ ਦੇ ਡੇਰਿਆਂ ਦੀ ਪਿਛਲੇ ਸਮੇਂ ਦੇ ਵਿੱਚ ਚਰਚਾ ਰਹੀ ਆ, ਪਰ ਫਿਰ ਵੀ ਇਹ ਵੀ ਇੱਕ ਮਸਲਾ ਗਾ ਜਿਹੜਾ ਰਿਹਾ ਗਾ ਬੀਬੀ ਜਗੀਰ ਕੌਰ ਦਾ। ਜੇਕਰ ਉਹਨਾਂ ਦੀ ਧੀ ਦੀ ਮੌਤ ਦੇ ਸੰਬੰਧ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਗਾ ਜਿਹੜਾ ਵੱਖ ਵੱਖ ਸਮਿਆਂ ਦੇ ਉੱਤੇ ਬਣਦਾ ਰਿਹਾ ਗਾ, ਤਾਂ ਅੱਜ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦਾ ਵਿਗਲ ਵੱਜ ਚੁੱਕਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਹੀਆਂ ਨੇ, ਤਾਂ ਅਜਿਹੇ ਦੇ ਵਿੱਚ ਬੀਬੀ ਜਗੀਰ ਕੌਰ ਦਾ ਖੁੱਲ੍ਹ ਕੇ ਮੈਦਾਨ ਦੇ ਵਿੱਚ ਆ ਜਾਣਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਵੱਡੀ ਚੁਣੌਤੀ ਸਾਬਤ ਹੋਊਗਾ। ਕਿਉਂਕਿ ਜਦੋਂ ਪ੍ਰਧਾਨਗੀ ਦੀ ਇਲੈਕਸ਼ਨ ਵੀ ਹੋਈ ਆ, ਪ੍ਰਧਾਨਗੀ ਦੀ ਇਲੈਕਸ਼ਨ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਟੱਕਰ ਉਹਨਾਂ ਨੇ ਹੀ ਦਿੱਤੀ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਨੇ ਕਿਸੇ ਸਮੇਂ। ਕਿਉਂਕਿ ਪਹਿਲਾਂ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ਼ ਮਿੱਠੂ ਸਿੰਘ ਕਾਨੇਕੇ ਨੇ ਚੋਣ ਲੜੀ ਸੀ, ਮਿੱਠੂ ਸਿੰਘ ਕਾਨੇਕੇ ਢੀਂਡਸਾ ਹੋਰਾਂ ਦੀ ਪਾਰਟੀ ਦੇ ਨਾਲ ਸੰਬੰਧਿਤ ਨੇ, ਪਹਿਲਾਂ ਉਹ ਦੋਨੇ ਅਕਾਲੀ ਦਲ ਦੇ ਵਿੱਚ ਹੀ ਰਹੇ ਨੇ ਮਿੱਠੂ ਸਿੰਘ ਕਾਨੇਕੇ ਸਾਹਿਬ ਵੀ ਔਰ ਢੀਂਡਸਾ ਜੀ ਵੀ, ਲੇਕਿਨ ਉਹ ਅਲੱਗ ਹੋਏ, ਉਹਨਾਂ ਨੇ ਮਿੱਠੂ ਸਿੰਘ ਕਾਨੇਕੇ ਨੂੰ ਚੋਣ ਲੜਾਈ। ਉਸ ਤੋਂ ਬਾਅਦ ਹੁਣ ਚੋਣ ਆ ਜਿਹੜੀ ਪਿਛਲੇ ਕੁਛ ਮਹੀਨੇ ਪਹਿਲਾਂ ਬੀਬੀ ਜਗੀਰ ਕੌਰ ਨੇ ਲੜੀ, ਉਹਦੇ ਚ ਢੀਂਡਸਾ ਸਾਹਿਬ ਦੇ ਗਰੁੱਪ ਨੇ ਜਾਣੀ ਕਿ ਮਿੱਠੂ ਸਿੰਘ ਕਾਨੇਕੇ ਹੋਰਾਂ ਦੇ ਗਰੁੱਪ ਨੇ ਬੀਬੀ ਜਗੀਰ ਕੌਰ ਦੀ ਹਮਾਇਤ ਕੀਤੀ ਸੀ ਤੇ ਬੀਬੀ ਜਗੀਰ ਕੌਰ ਗਿਣਨਯੋਗ ਵੋਟਾਂ ਲੈ ਗਏ ਸੀ। ਹਾਲਾਂਕਿ ਉਦੋਂ ਵੀ ਪਤਾ ਸੀ ਕਿ ਬੀਬੀ ਜਗੀਰ ਕੌਰ ਜਿੱਤਣ ਲਈ ਨਹੀਂ ਲੜ ਰਹੇ, ਬੀਬੀ ਜਗੀਰ ਕੌਰ ਆਪਣੀ ਹਾਜ਼ਰੀ ਦਰਜ ਕਰਾਉਣ ਲਈ ਲੜ ਰਹੇ ਨੇ, ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਰੋਬਰ ਦੇ ਉੱਤੇ ਇੱਕ ਬਦਲ ਉਸਾਰਨ ਦੇ ਲਈ ਲੜ ਰਹੇ ਨੇ। ਉਹਨਾਂ ਨੇ ਇਲੈਕਸ਼ਨ ਲੜੀ ਔਰ ਉਹਦੇ ਵਿੱਚ ਗਿਣਨਯੋਗ ਵੋਟਾਂ ਲੈ ਗਏ ਸੀ, ਤਾਂ ਹੁਣ ਜਦੋਂ SGPC ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਇਲੈਕਸ਼ਨ ਲੜੂਗਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਲੈਕਸ਼ਨ ਲੜਨ ਦੇ ਉੱਤੇ ਵੀ ਵਿਵਾਦ ਹੈ, ਕਿਉਂਕਿ ਇਸ ਮਸਲੇ ਨੂੰ ਲੈ ਕੇ ਵੀ ਇੱਕ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਹੋਈ ਹੋਈ ਹੈ ਦੋ ਸੰਵਿਧਾਨ ਵਾਲੀ ਗਗਨਦੀਪ ਜੀ, ਜਿਹਦੇ ਚ ਪਿਛਲੇ ਸਮੇਂ ਦੇ ਵਿੱਚ ਥੋੜੀ ਰਾਹਤ ਵੀ ਬਾਦਲ ਪਰਿਵਾਰ ਨੂੰ ਮਿਲੀ ਹੈ, ਲੇਕਿਨ ਦੋ ਸੰਵਿਧਾਨ ਵਾਲਾ ਮਸਲਾ ਵੀ ਜਿਹੜਾ ਅਦਾਲਤ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਚੱਲ ਰਿਹਾ ਕਿ ਜਦੋਂ SGPC ਦੀ ਇਲੈਕਸ਼ਨ ਲੜਨੀ ਹੁੰਦੀ ਹੈ ਉਦੋਂ ਸ਼੍ਰੋਮਣੀ ਅਕਾਲੀ ਦਲ ਹੋਰ ਸੰਵਿਧਾਨ ਲੈ ਕੇ ਆਉਂਦਾ, ਜਦੋਂ ਵਿਧਾਨ ਸਭਾ ਜਾਂ ਲੋਕ ਸਭਾ ਦੀ ਇਲੈਕਸ਼ਨ ਲੜਨੀ ਹੁੰਦੀ ਹੈ ਉਦੋਂ ਹੋਰ ਸੰਵਿਧਾਨ ਜਿਹੜਾ ਉਹ ਲੈ ਕੇ ਆਉਂਦਾ।
ਤਾਂ ਇਸ ਚੀਜ਼ ਨੂੰ ਲੈ ਕੇ ਵੀ ਚਰਚਾ ਜਿਹੜੀ ਕਿਤੇ ਨਾ ਕਿਤੇ ਚੱਲਦੀ ਆ ਜੀ। ਬਿਲਕੁਲ ਸੋ ਇਹ ਜ਼ਰੂਰ ਹੈ ਪ੍ਰਤੀਕ ਸਾਹਿਬ ਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਤੋਂ ਖਾਸ ਤੌਰ ਦੇ ਉੱਤੇ ਇਹ ਐਲਾਨ ਹੋਇਆ ਜਾਂ ਕਹਿ ਦਈਏ ਕਿ ਜਦੋਂ ਤੋਂ ਜਲੰਧਰ ਵਾਲੀਆਂ ਚੋਣਾਂ ਹੋਈਆਂ ਨੇ ਤੇ ਉਹਨਾਂ ਚੋਣਾਂ ਦੇ ਵਿੱਚ ਢੀਂਡਸਾ ਸਾਹਿਬ ਦੇ ਗਰੁੱਪ ਦਾ ਤੇ ਬੀਬੀ ਜਗੀਰ ਕੌਰ ਹੋਣਾ ਦੇ ਗਰੁੱਪ ਦਾ ਬੀਜੇਪੀ ਨੂੰ ਸਪੋਰਟ ਮਿਲਣਾ ਤੇ ਉਸ ਤੋਂ ਤੁਰੰਤ ਬਾਅਦ ਪੰਜਾਬ ਦੇ ਜੋ ਗੁਰਦੁਆਰਾ ਚੋਣ ਕਮਿਸ਼ਨ ਆ ਉਹਦੇ ਵੱਲੋਂ ਵੋਟਾਂ ਬਣਾਉਣ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਜਾਣਾ, ਕਿਤੇ ਨਾ ਕਿਤੇ ਜੇ ਆਪਾਂ ਇਹਨਾਂ ਨੂੰ ਜੋੜ ਕੇ ਦੇਖੀਏ ਕੜੀ ਦਰ ਕੜੀ ਇਹ ਮਾਲਾ ਜਿਹੜੀ ਇਹ ਪਰੋ ਕੇ ਆਲੇ ਦੁਆਲੇ ਤਕਰੀਬਨ ਮੈਨੂੰ ਲੱਗਦਾ ਕਿ ਕਮਲ ਦੇ ਫੁੱਲ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਆ। ਦੇਖੋ ਜੀ, ਇਹ SGPC ਦੀ ਇਲੈਕਸ਼ਨ ਕਰਵਾਉਣੀ ਆ ਜਿਹੜੀ ਉਹ ਕੇਂਦਰ ਸਰਕਾਰ ਦੇ ਹੱਥ ਵਸ ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਤੋਂ, ਹਾਲਾਂਕਿ ਪਹਿਲਾ ਮਸਲਾ ਅਦਾਲਤ ਦੇ ਵਿੱਚ ਚੱਲਦਾ ਹੋਣ ਕਰਕੇ ਇਲੈਕਸ਼ਨ ਨਹੀਂ ਹੋਈ, ਉਸ ਤੋਂ ਬਾਅਦ SGPC ਦੀ ਇਲੈਕਸ਼ਨ ਕੇਂਦਰ ਸਰਕਾਰ ਚਾਹੁੰਦੀ ਤਾਂ ਕੁਝ ਵਰੇ ਪਹਿਲਾਂ ਹੋ ਸਕਦੀ ਸੀ, ਪਰ ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਚਾਹਿਆ ਹੀ ਨਹੀਂ। ਕੇਂਦਰ ਸਰਕਾਰ ਕੋਲੇ ਜਾਂ ਬੀਜੇਪੀ ਕੋਲੇ ਬਹੁਤ ਸਾਰੀਆਂ ਇਸ ਗੱਲ ਨੂੰ ਲੈ ਕੇ ਮੰਗ ਪੱਤਰ ਗਏ ਕਿ ਇਹ ਇਲੈਕਸ਼ਨ ਹੈਗੀ ਜਿਹੜੀ ਉਹ ਚਲਾਈ ਕਰਵਾਈ ਜਾਵੇ। ਐਡਵੋਕੇਟ ਫੂਲਕਾ ਹੋਰਾਂ ਨੇ ਵੀ ਕਈ ਵਾਰ ਮੰਗ ਪੱਤਰ ਦਿੱਤੇ ਨੇ, ਔਰ ਗਗਨਦੀਪ ਜੀ ਐਡਵੋਕੇਟ ਫੂਲਕਾ ਹੋਰੀ ਵੀ ਇਸ ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਆਪਣੀ ਹਾਜ਼ਰੀ ਦਰਜ ਕਰਵਾ ਸਕਦੇ ਨੇ, ਸੰਕੇਤ ਵੀ ਮਿਲੇ ਨੇ। ਪਿਛਲੇ ਦਿਨਾਂ ਦੇ ਵਿੱਚ ਇਹ ਪਤਾ ਲੱਗਿਆ ਕਿ ਉਹਨਾਂ ਨੇ ਖੇਤੀ ਕਰਾਉਣੀ ਵੀ ਸ਼ੁਰੂ ਕੀਤੀ ਹੈ, ਸਾਡੇ ਬਰਨਾਲਾ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ, ਉਹ ਖੇਤੀ ਕਰਾਉਣੀ ਵੀ ਇੱਥੇ ਸ਼ੁਰੂ ਕੀਤੀ ਆ ਉਹਨਾਂ ਨੇ, ਤੋ ਉਹ ਵੀ ਆਪਦੀ ਹਾਜ਼ਰੀ ਆ ਜਿਹੜੀ ਉਹ ਦਰਜ ਕਰਵਾ ਸਕਦੇ ਨੇ। ਦੂਸਰਾ ਇਹ ਕਿ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਭਾਰਤੀ ਜਨਤਾ ਪਾਰਟੀ SGPC ਇਲੈਕਸ਼ਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀ ਪਾਰਟਿਸਪੇਸ਼ਨ ਹੈਗੀ ਜਿਹੜੀ ਅਸਿੱਧੇ ਢੰਗ ਦੇ ਨਾਲ, ਸਿੱਧੇ ਤੌਰ ਦੇ ਉੱਤੇ ਨਹੀਂ ਆਊ, ਅਸਿੱਧੇ ਢੰਗ ਨਾਲ ਦਰਜ ਕਰਵਾਊਗੀ। ਕਿਉਂਕਿ ਜਦੋਂ SGPC ਪ੍ਰਧਾਨ ਦੀ ਇਲੈਕਸ਼ਨ ਪਿੱਛੇ ਜੇ ਹੋਈ ਆ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਬਹੁਤ ਇਸ ਗੱਲ ਨੂੰ ਲੈ ਕੇ ਰੌਲਾ ਪਾਇਆ ਸੀ ਕਿ ਦੇਖੋ ਜੀ ਬੀਜੇਪੀ ਦਖਲ ਅੰਦਾਜ਼ੀ ਕਰ ਰਹੀ ਹੈ, ਬੀਬੀ ਜਗੀਰ ਕੌਰ ਨੂੰ ਬੀਜੇਪੀ ਹੈ ਜਿਹੜੀ ਉਹ ਸ਼ਹਿ ਦੇ ਰਹੀ ਆ। ਇੱਕ ਸਾਬਕਾ ਪੁਲਿਸ ਅਧਿਕਾਰੀ ਜਿਹੜੇ ਅੱਜ BJP ਦੇ ਵਿੱਚ ਬਹੁਤ ਵੱਡੇ ਅਹੁਦੇ ਦੇ ਉੱਤੇ ਨੇ, ਇਕਬਾਲ ਸਿੰਘ ਲਾਲਪੁਰਾ, ਉਹਨਾਂ ਦਾ ਜ਼ਿਕਰ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਰਦੇ ਰਹੇ ਨੇ ਕਿ ਇਕਬਾਲ ਸਿੰਘ ਲਾਲਪੁਰਾ ਜੀ ਜਿਹੜੇ ਨੇ ਉਹ ਦਖਲਅੰਦਾਜ਼ੀ ਕਰ ਰਹੇ ਨੇ ਪ੍ਰਧਾਨ ਦੀ ਇਲੈਕਸ਼ਨ ਦੇ ਲਈ। ਤਾਂ ਜੇ ਪ੍ਰਧਾਨ ਦੀ ਇਲੈਕਸ਼ਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਅਨੁਸਾਰ BJP ਦਖਲਅੰਦਾਜ਼ੀ ਕਰਦੀ ਸੀ, ਤਾਂ ਫਿਰ ਅਸੀਂ ਇਹ ਕਿਵੇਂ ਮੰਨ ਸਕਦੇ ਹਾਂਗੇ ਕਿ ਜਦੋਂ SGPC ਦੇ ਇਲੈਕਸ਼ਨ ਹੋਣਗੇ ਉਦੋਂ ਉਹਨਾਂ ਦੀ ਦਖਲਅੰਦਾਜ਼ੀ ਨਹੀਂ ਹੋਊਗੀ। ਦੂਸਰਾ ਇਹ ਕਿ ਸਿਆਸਤ ਦੇ ਵਿੱਚ ਗਗਨਦੀਪ ਜੀ ਇਹ ਹੁੰਦਾ ਹੈਗਾ ਕਿ ਇੱਕ ਹੱਥ ਜਿਹੜਾ ਸਹਿਯੋਗ ਆ ਉਹ ਦੇ ਲਓ ਤੇ ਦੂਜੇ ਹੱਥ ਸਹਿਯੋਗ ਹੈਗਾ ਜਿਹੜਾ ਉਹ ਲੈ ਲਓ। ਹੁਣ ਜਿਨ੍ਹਾਂ ਨੇ ਜਲੰਧਰ ਦੀ ਇਲੈਕਸ਼ਨ ਦੇ ਵਿੱਚ BJP ਨੂੰ ਬਿਨਾਂ ਸ਼ਰਤ ਹਮਾਇਤ ਕੀਤੀ, ਬਿਨਾਂ ਸ਼ਰਤ ਸ਼ਬਦ ਦਾ ਜਿਹੜਾ ਕਹਿਣ ਨੂੰ ਹੁੰਦਾ ਸਿਆਸਤ ਦੇ ਵਿੱਚ, ਉਂਝ ਬਿਨਾਂ ਸ਼ਰਤ ਸ਼ਬਦ ਦੀ ਕੋਈ ਹੋਂਦ ਨਹੀਂ ਹੈ ਸਿਆਸਤ ਦੇ ਵਿੱਚ, ਤਾਂ ਜਿਨ੍ਹਾਂ ਨੇ ਬਿਨਾਂ ਸ਼ਰਤ BJP ਨੂੰ ਹਮਾਇਤ ਕੀਤੀ ਜਲੰਧਰ ਦੀ ਇਲੈਕਸ਼ਨ ਦੇ ਵਿੱਚ, ਤਾਂ ਅੱਜ ਇਹ ਕਿਵੇਂ ਮੰਨਿਆ ਜਾ ਸਕਦਾ ਹੈਗਾ ਕਿ ਉਹ BJP ਦੀ ਹਮਾਇਤ ਆਪਣੀ ਇਲੈਕਸ਼ਨ ਦੇ ਵਿੱਚ ਨਹੀਂ ਲੈਣਗੇ ਜਾਂ BJP ਉਹਨਾਂ ਦੀ ਹਮਾਇਤ ਇਲੈਕਸ਼ਨ ਦੇ ਵਿੱਚ ਨਹੀਂ ਕਰੂਗੀ? ਪਰ ਸੰਭਾਵਨਾ ਇਸ ਤੋਂ ਵੀ ਗਗਨਦੀਪ ਜੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਦੁਬਾਰੇ ਕੋਸ਼ਿਸ਼ ਦੇ ਵਿੱਚ ਲੱਗੂਗਾ ਕਿ BJP ਦੇ ਨਾਲ ਟੁੱਟੀਆਂ ਦੀਵਾਰੇ ਗੰਢੀਆਂ ਜਾਣ ਜੀ। ਬਿਲਕੁਲ, ਪਰ ਪਤੀ ਸਾਹਿਬ ਮੈਨੂੰ ਲੱਗਦਾ ਕਿ ਗੰਢਣ ਦੀ ਕੋਸ਼ਿਸ਼ ਵੀ ਕਿਤੇ ਨਾ ਕਿਤੇ ਚੱਲ ਰਹੀ ਹੈ, ਹਾਲਾਂਕਿ ਆਪਾਂ ਸਿੱਧੇ ਤੌਰ ਦੇ ਉੱਤੇ ਤੇ ਟਿੱਪਣੀ ਨਹੀਂ ਕਰ ਸਕਦੇ। ਪਰ ਇੱਕ ਜੇਕਰ ਤੰਜਮਈ ਤਰੀਕੇ ਨਾਲ ਆਪਾਂ ਦੂਜੇ ਪਾਸੇ ਚੱਲੀਏ, ਇੱਕ ਪਾਸੇ ਬੀਬੀ ਜਗੀਰ ਕੌਰ ਹੋਣੀ ਆਪਣੇ ਵੱਖਰੇ ਫਰੰਟ ਦਾ ਐਲਾਨ ਕਰ ਰਹੇ ਸੀ ਤੇ ਦੂਜੇ ਪਾਸੇ ਧਾਮੀ ਸਾਹਿਬ ਹੋਣੀ SGPC ਦੇ ਇੱਕ ਵਫਦ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ
ਦਫ਼ਤਰ ਦੇ ਵਿੱਚ ਪਹੁੰਚੇ ਹੋਏ ਸੀ। ਇਹ ਵੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੀ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨਵਾਂ ਬੀਬੀ ਜਗੀਰ ਕੌਰ ਨੇ ਬਣਾਇਆ, ਇਹ ਦੋਵੇਂ ਇਹ ਕੇਂਦਰ ਤੱਕ ਕਿਤੇ ਨਾ ਕਿਤੇ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਧਾਮੀ ਸਾਹਿਬ ਵਾਲੀ ਮੀਟਿੰਗ ਦਾ ਵੇਰਵਾ ਜ਼ਰੂਰ ਸਾਂਝਾ ਕਰਿਓ। ਦੇਖੋ, ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਰਹੀ ਆ, ਰਾਸ਼ਟਰਪਤੀ ਦੀ ਇਲੈਕਸ਼ਨ ਹੋਈ, ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਸ਼ਰਤ ਹਮਾਇਤ ਕੀਤੀ। ਉਪ ਰਾਸ਼ਟਰਪਤੀ ਦੀ ਇਲੈਕਸ਼ਨ ਹੋਈ, ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਦੀ ਬਿਨਾਂ ਸ਼ਰਤ ਹਮਾਇਤ ਕੀਤੀ, ਬੀਜੇਪੀ ਕੈਂਡੀਡੇਟ ਦੀ। ਉਸ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਜਦੋਂ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ, 19 ਵਿਰੋਧੀ ਪਾਰਟੀਆਂ ਨੇ ਕਿਹਾ ਕਿ ਅਸੀਂ ਇਸ ਦਾ ਪਾਰਟ ਨਹੀਂ ਬਣਾਂਗੇ। ਸ਼੍ਰੋਮਣੀ ਅਕਾਲੀ ਦਲ ਨੇ ਜਾ ਕੇ ਉੱਥੇ ਸ਼ਮੂਲੀਅਤ ਕੀਤੀ। ਕੋਈ ਉਹ ਮੌਕਾ ਨਹੀਂ ਜਾਣ ਦੇਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ, ਜਿੱਥੇ ਬੀਜੇਪੀ ਦੀ ਹਮਾਇਤ ਉਹਨਾਂ ਦੇ ਵੱਲੋਂ ਨਾ ਕੀਤੀ ਜਾਂਦੀ ਹੋਵੇ। ਔਰ ਅੱਜ ਜਿਹੜਾ ਐਡਵੋਕੇਟ ਧਾਮੀ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਵਫਦ ਅਮਿਤ ਸ਼ਾਹ ਹੋਰਾਂ ਨੂੰ ਉਹਨਾਂ ਦੇ ਦਫ਼ਤਰ ਦੇ ਵਿੱਚ ਮਿਲਿਆ, ਉਹਦੇ 'ਚ SGPC ਦੀਆਂ ਬਹੁਤ ਸਾਰੀਆਂ ਜਿਹੜਾ ਡਿਮਾਂਡ ਚਾਰਟ ਆ ਉਹ ਪਤਾ ਲੱਗਿਆ ਗਾ ਕਿ ਦੇ ਕੇ ਆਏ ਨੇ। ਠੀਕ ਹੈ, ਮੰਗਾਂ ਨੇ ਜਿਹੜੀਆਂ ਬਹੁਤ ਅਹਿਮ ਨੇ। ਮਹਾਰਾਸ਼ਟਰ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਜਿਹੜਾ ਗਾ ਉਹ ਮੌਬ ਲਿੰਚਿੰਗ ਕੀਤੀ ਗਈ ਹੈ, ਕੁੱਟ ਕੁੱਟ ਕੇ ਮਾਰਿਆ ਗਿਆ। ਧਾਰਮਿਕ ਘੱਟ ਗਿਣਤੀ ਨਾਲ ਸੰਬੰਧਿਤ ਬਹੁਤ ਸਾਰੇ ਲੋਕਾਂ ਦੀ ਪਿਛਲੇ ਸਮੇਂ ਦੇ ਵਿੱਚ ਮੌਬ ਲਿੰਚਿੰਗ ਦੀਆਂ ਘਟਨਾਵਾਂ ਵਾਪਰੀਆਂ, ਖਾਸ ਕਰਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀਆਂ। ਔਰ ਜ਼ਿਆਦਾ ਤੌਰ ਦੇ ਉੱਤੇ SGPC ਨੇ ਉਹ ਮਸਲਾ ਵੀ ਉਠਾਇਆ ਹੋਊ, ਹੋਰ ਬਹੁਤ ਸਾਰੇ ਮਸਲੇ ਵੀ ਉਠਾਏ ਹੋਣਗੇ। ਪਰ ਇਹ ਸੰਭਾਵਨਾ ਵੀ ਹੈ ਕਿ ਇਲੈਕਸ਼ਨ ਨੂੰ ਲੈ ਕੇ ਵੀ ਕੋਈ ਗੱਲ ਜਿਹੜੀ ਉਹ ਚੱਲੀ ਹੋ ਸਕਦੀ ਹੈ ਜੀ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਤਸਵੀਰਾਂ ਜਿਹੜੀਆਂ ਹਜੇ ਧੁੰਦਲੀਆਂ ਨੇ, ਹਜੇ ਬਲਰ ਨੇ, ਹੌਲੀ ਹੌਲੀ ਇਹ ਤਸਵੀਰਾਂ 'ਤੇ ਜਿਵੇਂ ਜਿਵੇਂ ਫੋਕਸ ਸਮੇਂ ਦੀ ਘੜੀ ਦਾ ਹੁੰਦਾ ਜਾਊਗਾ, ਉਸੇ ਦੇ ਨਾਲ ਤਸਵੀਰ ਜਿਹੜੀ ਉਹ ਕਲੀਅਰ ਹੁੰਦੀ ਜਾਊਗੀ। ਕਿਉਂਕਿ SGPC ਦੀਆਂ ਚੋਣਾਂ ਜਦੋਂ ਵੀ ਹੁੰਦੀਆਂ ਨੇ, ਉਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੀਆਂ ਇੱਟਾਂ ਚੱਕਾਂਗੇ, ਉਹਦੇ ਥੱਲਿਓਂ ਬਹੁਤ ਕੁਝ ਨਿਕਲੂਗਾ, ਅਤੇ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਪੇਸ਼ ਕਰਦੇ ਜਾਵਾਂਗੇ। ਅਤੇ ਇਸ ਤੋਂ ਅਗਲੇ ਗੱਲ ਜਿਹੜੀ ਪਤੀ ਸਾਹਿਬ ਸਾਂਝੀ ਕਰਨ ਵਾਲੀ ਹੈ, ਖਾਸ ਤੌਰ ਦੇ ਉੱਤੇ ਪੰਜਾਬ ਅਤੇ ਪੰਜਾਬ ਦੇ ਖਜ਼ਾਨੇ ਦੇ ਨਾਲ ਸੰਬੰਧਿਤ ਹੈ। ਜਿਹੜਾ ਇੱਕ ਲੋਨ ਲਿਮਿਟ ਪੰਜਾਬ ਦੇ ਲਈ ਰੱਖੀ ਗਈ ਸੀ 39,000 ਕਰੋੜ ਦੇ ਕਰੀਬ ਦਾ, ਪਹਿਲਾਂ ਹੁੰਦਾ ਸੀ ਕਿ ਬਜਟ ਰੱਖਿਆ ਗਿਆ ਸੀ, ਹੁਣ ਘਟਾ ਕੇ ਉਹਦੇ 'ਤੇ ਵੀ ਕਹਿੰਦੇ ਕਿ ਫਿਰ ਕੇਂਦਰ ਵਾਲਿਆਂ ਨੇ ਕਿਰਪਾ ਕਰਤੀ ਅਤੇ ਘਟਾ ਕੇ 21,000 ਕਰੋੜ ਦੇ ਕਰੀਬ ਕਰਤਾ, ਭਾਵ ਕਿ 18,000 ਕਰੋੜ ਦੇ ਕਰੀਬ ਦਾ ਉਹਦੇ 'ਚੋਂ ਕਟੌਤੀ ਕਰਤੀ। ਕਾਰਨ ਕੀ ਰਹੇ ਨੇ ਕੱਟਣ ਦੇ, ਅਤੇ ਇਹਨੂੰ ਲੈ ਕੇ ਆਮ ਆਦਮੀ ਪਾਰਟੀ ਵੱਖੋ ਵੱਖਰੇ ਆਰੋਪ ਲਾ ਰਹੀ ਹੈ, BJP ਆਮ ਆਦਮੀ ਪਾਰਟੀ ਦੇ ਉੱਤੇ ਲਾਈ ਜਾਂਦੀ ਹੈ, ਪਰ ਇਹਦਾ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਪੰਜਾਬ ਨੂੰ ਫਾਇਦਾ ਜਾਂ ਨੁਕਸਾਨ ਕੀ ਹੋਣ ਵਾਲਾ? ਗਗਨਦੀਪ ਸਿੰਘ ਜੀ, ਮਸਲਾ ਇਹ ਹੈਗਾ ਕਿ ਸਟੇਟ ਗੌਰਮੈਂਟ ਹੈ ਜਿਹੜੀ, ਉਹ ਆਪਣੀ ਜਿਹੜੀ GDP ਹੁੰਦੀ ਹੈ ਕਿਸੇ ਸੂਬੇ ਦੀ, ਕੁੱਲ ਘਰੇਲੂ ਉਤਪਾਦ ਹੁੰਦਾ, ਉਹਦੇ 3% ਦੇ ਲਗਭਗ ਆ ਜਿਹੜਾ ਉਹ ਲੋਨ ਚੱਕ ਸਕਦੀ ਹੁੰਦੀ ਹੈ। ਆਪਾਂ ਨੂੰ ਪਤਾ ਕਿ ਸਰਕਾਰਾਂ ਲੋਨ ਦੇ ਸਿਰ ਤੇ ਜਾਂ ਕਰਜ਼ੇ ਦੇ ਸਿਰ ਤੇ ਹੀ ਚੱਲੀਆਂ ਨੇ। ਪੰਜਾਬ ਸਿਰ ਆਹ March 2024 ਤੱਕ ਇੱਕ ਅਨੁਮਾਨ ਹੈ ਕਿ 3.25 ਲੱਖ ਕਰੋੜ ਕਰਜ਼ਾ ਗਾ ਜਿਹੜਾ ਪੰਜਾਬ ਸਿਰ ਉਹ ਚੜ ਜਾਣਾ। ਇਹ ਹਾਲਤ ਹੈ ਪੰਜਾਬ ਦੀ, ਪਿਛਲੀਆਂ ਸਰਕਾਰਾਂ ਦੇ ਵੱਲੋਂ ਕਰਜ਼ਾ ਗਾ ਜਿਹੜਾ ਉਹ ਪੰਜਾਬ ਸਿਰ ਚੜਾਇਆ ਗਿਆ, ਪੰਜਾਬ ਦਾ ਬਾਲ ਬਾਲ ਕਰਜ਼ੇ ਦੇ ਵਿੱਚ ਬਿੰਨਿਆ ਪਿਆ ਗਾ। ਤਾਂ ਪੰਜਾਬ ਨੂੰ ਹੋਰ ਤਾਂ ਕੋਈ ਬਹੁਤੇ ਸੋਰਸ ਆਫ ਇਨਕਮ ਹੈ ਨਹੀਂ ਗੇ, ਜਿਵੇਂ ਬਹੁਤ ਸਾਰੇ ਸੂਬਿਆਂ 'ਚ ਜਿਵੇਂ ਹਿਮਾਚਲ ਹੈ, ਟੂਰਿਜ਼ਮ ਹੈ ਉੱਥੋਂ ਦਾ ਸੋਰਸ ਆਫ ਇਨਕਮ, ਕੇਰਲਾ ਦਾ ਸੋਰਸ ਆਫ ਇਨਕਮ ਟੂਰਿਜ਼ਮ ਹੈ, ਹੋਰ ਬਹੁਤ ਸਾਰੇ ਸੂਬਿਆਂ ਦੇ ਅੱਡੋ ਅੱਡੀ ਸੋਰਸ ਆਫ ਇਨਕਮ ਨੇ। ਪੰਜਾਬ ਦੇ ਵਿੱਚ ਐਗਰੀਕਲਚਰ ਹੈ, ਐਗਰੀਕਲਚਰ ਦਾ ਜਿਹੜਾ ਅਸੀਂ ਫਸਲ ਵੇਚਦੇ ਹਾਂ ਉਹਦੀ ਮਾਰਕੀਟ ਫੀਸ ਦੇ ਅਨੁਸਾਰ ਰੂਰਲ ਡਿਵੈਲਪਮੈਂਟ ਫੰਡ ਆ ਜਿਹੜਾ ਉਹ ਸੈਂਟਰ ਸਾਨੂੰ ਦਿੰਦਾ ਸਾਡੀ ਫਸਲ ਦੇ ਹਿਸਾਬ ਦੇ ਨਾਲ, ਜਿੰਨਾ ਕਣਕ ਝੋਨਾ ਪੰਜਾਬ ਵੇਚਦਾ ਗਾ। ਉਹ ਰੂਰਲ ਡਿਵੈਲਪਮੈਂਟ ਫੰਡ ਦਾ 4,000 ਕਰੋੜ ਰੁਪਇਆ ਪਿਛਲੇ ਕਈ ਮਹੀਨਿਆਂ ਦਾ ਜਿਹੜਾ ਸੈਂਟਰ ਗੌਰਮੈਂਟ ਆ ਉਹ ਰੋਕੀ ਬੈਠੀ ਆ। ਔਰ ਹੁਣ
ਜਿਹੜਾ ਪੰਜਾਬ ਦੀ ਇਹ ਲੋਨ ਲਿਮਿਟ ਆ ਗਈ ਜਿਹੜੀ 39,000 ਕਰੋੜ ਦੇ ਆਸ ਪਾਸ ਸੀ, ਉਹ ਚ 18,000 ਕਰੋੜ ਰੁਪਏ ਦੇ ਉੱਤੇ ਕੱਟ ਲਾਤਾ ਵੀ ਇੰਨਾ ਤੁਹਾਨੂੰ ਨਹੀਂ ਦੇ ਸਕਦੇ, 21,000 ਕਰੋੜ ਰੁਪਇਆ ਗਾ ਜਿਹੜਾ ਉਹ ਰਹਿ ਗਿਆ ਗਾ। ਪੰਜਾਬ ਗੌਰਮੈਂਟ ਆਲਰੇਡੀ ਬਹੁਤ ਕੁਛ ਆ ਜਿਹੜਾ ਉਹ ਕਰਜ਼ੇ ਤੋਂ ਚੱਕ ਰਹੀ ਆ ਪਿਛਲੇ ਸਮੇਂ ਤੋਂ, ਹਾਲਾਂਕਿ ਦਾਅਵੇ ਸਰਕਾਰ ਦੇ ਹੋਰ ਸੀ, ਲੇਕਿਨ ਅੱਜ ਜਿਹੜੀ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਆ 600 ਯੂਨਿਟ, ਉਹਦੇ ਚ ਇੱਕ ਵੱਡਾ ਹਿੱਸਾ ਗਾ ਜਿਹੜਾ ਉਹ ਕਰਜ਼ਾ ਚੱਕ ਕੇ ਦਿੱਤਾ ਜਾ ਰਿਹਾ ਗਾ। ਹੋਰ ਬਹੁਤ ਸਾਰਾ ਮਤਲਬ ਜਿਹੜਾ ਪੈਸਾ, ਬਹੁਤ ਸਾਰੀਆਂ ਇਨਵੈਸਟਮੈਂਟਸ ਨੇ ਜਿਹੜੀਆਂ ਸਟੇਟ ਗੌਰਮੈਂਟ ਕਰ ਰਹੀ ਆ, ਉਹ ਚੋਂ ਵੱਡਾ ਹਿੱਸਾ ਕਰਜ਼ੇ ਦਾ। ਤਾਂ ਸੈਂਟਰ ਗੌਰਮੈਂਟ ਨੇ ਰੂਰਲ ਡਿਵੈਲਪਮੈਂਟ ਫੰਡ ਵੀ ਇਹ ਕਹਿ ਕੇ ਰੋਕਿਆ ਵੀ ਤੁਸੀਂ ਇਹਦਾ ਸਹੀ ਢੰਗ ਨਾਲ ਸਹੀ ਥਾਂ ਉਪਯੋਗ ਨਹੀਂ ਕਰ ਰਹੇ। ਹੁਣ ਜਿਹੜੀ ਇਹ ਕਰਜ਼ੇ ਵਾਲੀ ਲਿਮਿਟ ਘਟਾਈ ਆ, ਉੱਥੇ ਵੀ ਸੇਮ ਜਿਹੜੀ ਸਟੇਟਮੈਂਟ ਆ ਸੈਂਟਰ ਨੇ ਦਿੱਤੀ ਆ ਕਿ ਤੁਸੀਂ ਇਹਦਾ ਸਹੀ ਢੰਗ ਨਾਲ ਸਹੀ ਉਪਯੋਗ ਨਹੀਂ ਕਰ ਰਹੇ। ਹੁਣ ਇਹ ਸੈਂਟਰ ਦੱਸੂ ਕਿੱਥੇ ਉਪਯੋਗ ਕਰਨਾ ਕਿੱਥੇ ਨਹੀਂ ਕਰਨਾ, ਜੇ ਹਰੇਕ ਚੀਜ਼ ਸੈਂਟਰ ਦੱਸੂ ਤਾਂ ਫੈਡਰਲ ਸਟਰਕਚਰ ਕਿੱਥੇ ਆ, ਸੰਘੀ ਢਾਂਚਾ ਕਿੱਥੇ ਆ, ਰਾਜਾਂ ਦੇ ਅਧਿਕਾਰ ਕਿੱਥੇ ਨੇ। ਚੀਫ ਮਿਨਿਸਟਰ ਵੀ ਕੋਈ ਚੀਜ਼ ਹੈ ਨਾ, ਚੀਫ ਮਿਨਿਸਟਰ ਦੀ ਇਹ ਹੈਸੀਅਤ ਇੱਕ ਵੱਡੇ ਸ਼ਹਿਰ ਦੇ ਮੇਅਰ ਵਾਲੀ ਵੀ ਬਣਾ ਕੇ ਰੱਖਣੀ ਆ, ਤਾਂ ਫਿਰ ਸਟੇਟ ਗੌਰਮੈਂਟਾਂ ਜਿਹੜੀਆਂ ਨੇ ਉਹ ਤਾਂ ਸਿਰਫ ਤੇ ਸਿਰਫ ਨਾਂ ਦੀਆਂ ਬਣ ਕੇ, ਸ਼ੋਪੀਸ ਬਣ ਕੇ ਰਹਿ ਜਾਣਗੀਆਂ। ਸੋ ਇਹ ਸੂਬਿਆਂ ਦੇ ਨਾਲ ਧੱਕੇਸ਼ਾਹੀ ਆ। ਇਹ ਹਿਮਾਚਲ ਨਾਲ ਵੀ ਕੀਤਾ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ, ਕੇਰਲਾ ਨਾਲ ਵੀ ਕੀਤਾ, ਉੱਥੇ ਵੀ ਘਟਾਇਆ। ਜਿੱਥੇ ਜਿੱਥੇ ਤਾਂ ਭਾਜਪਾ ਦੀਆਂ ਸਰਕਾਰਾਂ ਨੇ ਗਗਨਦੀਪ ਜੀ, ਉੱਥੇ ਉੱਥੇ ਤਾਂ ਸੈਂਟਰ ਹੈਗਾ ਜਿਹੜਾ ਉਹ ਜਿਵੇਂ ਮਰਜ਼ੀ ਸਟੇਟ ਗੌਰਮੈਂਟਾਂ ਕਰੀ ਜਾਣ, ਨੋ ਪ੍ਰੋਬਲਮ। ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉੱਥੇ ਕੀ ਕਰ ਰਹੇ ਨੇ, ਕਦੇ ਤਾਂ ਗਵਰਨਰਾਂ ਦੇ ਰਾਹੀਂ ਰਾਜ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਦੇ ਜਿਹੜੇ ਸੈਂਟਰ ਦੇ ਫੰਡ ਨੇ ਉਹ ਰੋਕ ਦਿੱਤੇ ਜਾਂਦੇ ਨੇ, ਕਦੇ ਸੈਂਟਰ ਸਪੋਂਸਰਡ ਗ੍ਰਾਂਟਾਂ ਰੋਕ ਦਿੱਤੀਆਂ ਜਾਂਦੀਆਂ ਨੇ। ਸੋ ਪੰਜਾਬ ਦੇ ਨਾਲ ਇਹ ਧੱਕਾ, ਪੰਜਾਬ ਦੇ ਨਾਲ ਇਹ ਵਿਤਕਰਾ ਹੈ। ਇਕੱਲੇ ਪੰਜਾਬ ਨਾਲ ਹੀ ਨਹੀਂ, ਇਹ ਰਾਜਾਂ ਦੇ ਅਧਿਕਾਰਾਂ ਦਾ ਮਸਲਾ, ਤਾਕਤਾਂ ਦੇ ਕੇਂਦਰੀਕਰਨ ਦਾ ਮਸਲਾ ਗਾ, ਜਿਸ ਮਸਲੇ ਦੇ ਉੱਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਬੋਲਣ ਦੀ ਲੋੜ ਹੈ। ਦੇਖੋ ਆਮ ਆਦਮੀ ਪਾਰਟੀ ਦੇ ਨਾਲ ਜੋ ਦਿੱਲੀ ਦੇ ਵਿੱਚ ਹੋ ਰਿਹਾ ਉਹ ਵੀ ਗਲਤ ਹੈ ਸੈਂਟਰ ਦਾ, ਕਿ ਉੱਥੇ ਵੀ ਮਤਲਬ ਇੱਕ ਚੁਣੀ ਹੋਈ ਗੌਰਮੈਂਟ ਦੇ ਮੁਕਾਬਲੇ ਉਪਰਾਜਪਾਲ ਨੂੰ ਅਧਿਕਾਰਾਂ ਦਾ ਮਸਲਾ ਹੈ। ਜੋ ਪੰਜਾਬ ਦੇ ਵਿੱਚ ਹੋ ਰਿਹਾ ਇਹ ਵੀ ਗਲਤ ਹੈ, ਕਿ ਤੁਸੀਂ ਕਦੇ ਰੂਰਲ ਡਿਵੈਲਪਮੈਂਟ ਫੰਡ ਰੋਕ ਦਿਓ, ਕਦੇ ਤੁਸੀਂ ਮਤਲਬ ਹੁਣ ਲੋਨ ਲਿਮਿਟ ਜਿਹੜੀ ਉਹ ਰੋਕ ਦਿਓ, ਇਹ ਗੱਲ ਦਰੁਸਤ ਹੈ ਗਗਨਦੀਪ ਜੀ। ਕਿ ਪੰਜਾਬ ਦੀਆਂ ਜਿੰਨੀਆਂ ਵੀ ਸਰਕਾਰਾਂ ਰਹੀਆਂ, ਚਾਹੇ ਉਹ ਕਾਂਗਰਸ ਰਹੀ, ਚਾਹੇ ਉਹ ਅਕਾਲੀ ਦਲ ਰਹੀ, ਚਾਹੇ ਅੱਜ ਆਮ ਆਦਮੀ ਪਾਰਟੀ ਹੈ, ਇਹਨਾਂ ਨੇ ਪੰਜਾਬ ਦੇ ਜਿਹੜਾ ਸਹੀ ਢੰਗ ਨਾਲ ਨਾ ਤਾਂ ਮੁੱਦੇ ਠਾਏ ਨੇ, ਨਾ ਇਹਨਾਂ ਨੇ ਪੰਜਾਬ ਦੇ ਵਿੱਚ ਸਹੀ ਢੰਗ ਨਾਲ ਫੰਡਾਂ ਦਾ ਉਪਯੋਗ ਕੀਤਾ। ਹੁਣ ਜਿਵੇਂ 600 ਯੂਨਿਟ ਮੁਫ਼ਤ ਬਿਜਲੀ ਵਾਲਾ ਮਸਲਾ, ਇਹ ਸਭਨਾਂ ਲਈ ਮੁਫ਼ਤ ਦੇਣ ਦਾ ਕੀ ਮਤਲਬ? ਜਿਹੜੇ ਲੋੜਵੰਦ ਨੇ ਉਹਨਾਂ ਲਈ ਮੁਫ਼ਤ ਦਿਓ। ਹੁਣ ਜਿਹੜੇ ਦੋਨੇ ਪਤੀ ਪਤਨੀ ਮੁਲਾਜ਼ਮ ਨੇ ਉਹਨਾਂ ਨੂੰ ਮੁਫ਼ਤ 600 ਯੂਨਿਟ ਬਿਜਲੀ ਦੇਣ ਦਾ ਕੀ ਮਤਲਬ? ਉਹਦਾ ਬੋਝ ਤਾਂ ਖਜ਼ਾਨੇ ਤੇ ਪੈ ਰਿਹਾ ਨਾ। ਔਰ ਫ੍ਰੀ ਬੱਸ ਸਫ਼ਰ ਦੀ ਸਹੂਲਤ ਹੈ, ਉਹ ਵੀ ਲੋੜਵੰਦ ਔਰਤਾਂ ਨੂੰ, ਜਾਂ ਏਜ ਲਿਮਿਟ ਰੱਖ ਕੇ ਦਿੱਤੀ ਜਾ ਸਕਦੀ ਆ। ਸਭਨਾਂ ਵਾਲਾ ਮਸਲਾ ਖਜ਼ਾਨੇ ਤੇ ਬੋਝ ਹੈ। ਤਾਂ ਅਸੀਂ ਇਸ ਮਸਲੇ ਦੇ ਵਿੱਚ ਇਹ ਨਹੀਂ ਕਹਿ ਸਕਦੇ ਫਿਰ ਕਿ ਸਟੇਟ ਗੌਰਮੈਂਟ ਨੂੰ ਪੈਸਾ ਦੇਣਾ ਬੰਦ ਕਰ ਦਿਓ। ਸਟੇਟ ਗੌਰਮੈਂਟ ਦੀ ਆਲੋਚਨਾ ਹੋ ਸਕਦੀ ਆ, ਸਟੇਟ ਗੌਰਮੈਂਟ ਤੇ ਕਿੰਤੂ ਪ੍ਰੰਤੂ ਹੋ ਸਕਦਾ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਜਿਹੜਾ ਗਾ ਉਹ ਸਟੇਟ ਗੌਰਮੈਂਟ ਦਾ ਪੈਸਾ ਰੋਕ ਦਈਏ। ਹੁਣ ਕੋਈ ਗਗਨਦੀਪ ਜੀ ਇਹ ਤਾਂ ਨਹੀਂ ਕਰ ਸਕਦਾ ਨਾ ਕਿ ਆਪਦੇ ਬੱਚੇ ਨੂੰ ਕਹੇ ਕਿ ਤੂੰ ਰੋਟੀ ਢੰਗ ਨਾਲ ਨਹੀਂ ਖਾਂਦਾ, ਤੂੰ ਰੋਟੀ ਚਿੱਥ ਕੇ ਨਹੀਂ ਖਾਂਦਾ, ਤੂੰ ਰੋਟੀ ਆ ਜਿਹੜੀ ਉਹ ਸਹੀ ਨਹੀਂ ਖਾਂਦਾ, ਇਸ ਕਰਕੇ ਤੇਰੀ ਰੋਟੀ ਬੰਦ। ਇਹ ਇਹ ਜਿਹੜਾ ਤਰੀਕਾ ਸੈਂਟਰ ਗੌਰਮੈਂਟ ਨੇ ਅਪਣਾਇਆ, ਬਿਲਕੁਲ, ਤਾਂ ਇਸ ਤਰੀਕੇ ਦੀ ਬਜਾਏ ਸਹੀ ਢੰਗ ਦੇ ਨਾਲ ਸਟੇਟ ਗੌਰਮੈਂਟ ਨਾਲ ਡਾਇਲੋਗ ਚ ਪਿਆ ਜਾ ਸਕਦਾ।
ਸਹੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮਤਲਬ ਚਰਚਾ ਕੀਤੀ ਜਾ ਸਕਦੀ ਆ, ਪਰ ਫੰਡ ਰੋਕਦੇ ਨੇ, ਇਹ ਰਾਜਾਂ ਦੇ ਅਧਿਕਾਰਾਂ ਤੇ ਹੱਲ ਹੈ ਜੀ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਇਸ ਦੇ ਨਾਲ ਨੁਕਸਾਨ ਜਿਹੜਾ ਖਾਸ ਕਰਕੇ ਰਾਜਾਂ ਨੂੰ ਹੈ, ਪਰ ਕਿਤੇ ਨਾ ਕਿਤੇ ਪਤੀ ਸਾਹਿਬ ਮੈਨੂੰ ਇੱਥੇ ਵੀ ਲੱਗਦਾ ਕਿ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਤੇ ਚੜ੍ਹਨਾ ਕਿਤੇ ਨਾ ਕਿਤੇ ਕੋਈ ਹੋਰ ਢੰਗ ਤਰੀਕਾ ਸਰਕਾਰ ਅਪਣਾ ਲਵੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਜਾਂਦੀਆਂ ਸੀ, ਸਾਰਾ ਕੁਝ ਦਿੱਤਾ ਜਾਂਦਾ ਸੀ, ਨਾਲ ਇੱਕ ਸ਼ਬਦ ਹੁੰਦਾ ਸੀ ਕਿ ਅਸੀਂ ਇਨਕਮ ਲਿਆਵਾਂਗੇ, ਅਸੀਂ ਕਮਾਵਾਂਗੇ, ਅਸੀਂ ਜਿਹੜਾ ਪੰਜਾਬ ਦੇ ਸਿਰ ਤੇ 2.5 ਲੱਖ 3.5 ਲੱਖ ਕਰੋੜ ਦੇ ਕਰੀਬ ਦਾ ਕਰਜ਼ਾ ਹੈ ਇਹ ਉਤਾਰਾਂਗੇ। 35,000 ਕਰੋੜ ਦੇ ਕਰੀਬ ਜਦੋਂ ਤੋਂ 14 ਮਹੀਨੇ 'ਚ ਸਰਕਾਰ ਆਈ ਹੈ, 35,000 ਕਰੋੜ ਦੇ ਕਰੀਬ ਦਾ ਕਰਜ਼ਾ ਪੰਜਾਬ 'ਤੇ ਹੋਰ ਚੜਿਆ। ਮੈਨੂੰ ਲੱਗਦਾ ਕਿ ਇਹ ਲੋਨ ਲਿਮਿਟਾਂ ਦੀ ਜ਼ਰੂਰਤ ਕਿਉਂ ਪੈ ਰਹੀ ਹੈ, ਗੱਲ ਫਿਰ ਉੱਥੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਆਪਣੇ ਪ੍ਰੋਸੈਸਿੰਗ ਯੂਨਿਟ ਕਿਉਂ ਨਹੀਂ ਲਾਈ ਜਾਂਦੇ, ਪੰਜਾਬ ਦੀ ਸਰਕਾਰ ਆਪਣੇ ਪੱਧਰ ਤੋਂ ਪੈਸਾ ਬਣਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ। ਜਿਹੜੇ ਸੂਬੇ ਦੇ ਕੋਲ ਰੇਤਾ ਹੈ ਉਹ ਆਪਣਾ ਰੇਤਾ ਵੇਚ ਰਿਹਾ, ਜਿਹੜੇ ਸੂਬੇ ਕੋਲ ਆਪਣਾ ਪੱਥਰ ਹੈ ਪੱਥਰ ਵੇਚ ਰਿਹਾ, ਜਿਹਦੇ ਕੋਲ ਕੋਲਾ ਹੈ ਉਹ ਕੋਲਾ ਤੁਹਾਨੂੰ ਵੇਚ ਰਿਹਾ, ਨਾ ਤਾਂ ਤੁਸੀਂ ਨਾਲ ਦੇ ਸੂਬਿਆਂ ਤੋਂ ਪਾਣੀ ਦਾ ਮੁੱਲ ਲੈ ਪਾ ਰਹੇ ਹੋ, ਨਾ ਤੁਸੀਂ ਆਪਣੇ ਸੂਬੇ ਦੇ ਵਿੱਚ ਕੋਈ ਐਸਾ ਪ੍ਰੋਸੈਸਿੰਗ ਪਲਾਂਟ ਲਾ ਰਹੇ ਹੋ ਜਿਸ ਪ੍ਰੋਸੈਸਿੰਗ ਪਲਾਂਟ ਦੇ ਨਾਲ ਤੁਹਾਡੇ ਸੂਬੇ 'ਚ ਪੈਦਾ ਹੋਈਆਂ ਸਬਜ਼ੀਆਂ ਦਾਲਾਂ ਕਣਕਾਂ ਉਹਨੂੰ ਪ੍ਰੋਸੈਸ ਕਰਕੇ ਤੁਸੀਂ ਬਾਕੀ ਸੂਬਿਆਂ 'ਚ ਵੇਚ ਸਕੋ, ਤੁਸੀਂ ਇੱਕ ਸਰਪਲਸ ਸੂਬੇ ਦੇ ਰੂਪ ਦੇ ਵਿੱਚ ਆ ਜਾਓ ਕਿ ਤੁਹਾਨੂੰ ਕੇਂਦਰ ਦੀ ਜ਼ਰੂਰਤ ਨਾ ਪਵੇ, ਕੇਂਦਰ ਦੇ ਪੈਸੇ ਤੋਂ ਪੈਸੇ ਦੀ ਏਡੀ ਜ਼ਰੂਰਤ ਨਾ ਪਵੇ, ਤੁਸੀਂ ਆਪ ਆਪਣਾ ਖਰਚਾ ਚੁੱਕਣ ਦੇ ਓਨੇ ਕੁ ਕਾਬਲ ਹੋਵੋ। ਹੋ ਸਕਦਾ ਕਿ ਸਰਕਾਰਾਂ ਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ, ਇੱਧਰ ਪਾਲਿਸੀਆਂ ਬਣਾਓ, ਕਿਸੇ ਨੇ ਕਿਸੇ ਤੋਂ ਕਿੰਨੇ ਪੈਸੇ ਲਏ ਕਿੰਨੇ ਨਹੀਂ ਲਏ ਦੋ ਦੋ ਦੇ ਇਸ਼ਾਰੇ ਕਰਕੇ ਪ੍ਰੈਸ ਕਾਨਫਰੰਸ, ਮੈਨੂੰ ਲੱਗਦਾ ਕਿ 14 ਮਹੀਨਿਆਂ ਤੋਂ ਲਗਾਤਾਰ ਪੰਜਾਬ ਦੇ ਲੋਕ ਵੇਖ ਰਹੇ ਨੇ। ਵਿਰੋਧੀ ਧਿਰਾਂ ਨੂੰ ਵੀ ਮੈਨੂੰ ਲੱਗਦਾ ਕਿ ਅਜਿਹੇ ਮਸਲਿਆਂ 'ਚ ਕਿ ਫਲਾਣੇ ਦੀ ਫਲਾਣੀ ਵੀਡੀਓ ਆ ਗਈ, ਫਲਾਣੇ ਦੀ ਫਲਾਣੀ ਵੀਡੀਓ ਆ ਗਈ, ਉਹਨਾਂ ਮਸਲਿਆਂ ਨੂੰ ਛੱਡ ਕੇ ਵਿਰੋਧੀ ਧਿਰਾਂ ਨੂੰ ਵੀ ਇਹਨਾਂ ਮਸਲਿਆਂ 'ਤੇ ਘੇਰਨਾ ਚਾਹੀਦਾ ਕਿ ਪੰਜਾਬ ਦੇ ਲਈ ਕਿੰਨੇ ਕਮਾ ਰਹੇ ਹੋ, ਕਿੰਨਾ ਪੰਜਾਬ ਦੇ ਉੱਤੇ ਲਾਉਂਗੇ ਤੇ ਕੀ ਪੰਜਾਬ ਦੇ ਹਾਲਾਤ ਆਉਣ ਵਾਲੇ ਦਿਨਾਂ 'ਚ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਹੋਣ ਵਾਲੇ ਨੇ। ਤੁਸੀਂ ਕਿਹਾ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਾਪਸ ਲੈ ਕੇ ਆਵਾਂਗੇ, ਤੁਹਾਡੇ ਮੰਤਰੀ ਕਹੀ ਜਾਂਦੇ ਨੇ ਕਿ ਪੰਜਾਬ ਦੇ ਸਿਲੇਬਸ ਦੇ ਵਿੱਚ ਅਸੀਂ ਆਇਲਸ ਵਰਗੇ ਸਬਜੈਕਟ ਲੈ ਕੇ ਆਵਾਂਗੇ, ਇਹ ਇੱਕ ਜਣਾ ਮਾਈਗ੍ਰੇਸ਼ਨ ਵਾਪਸ ਲੈ ਕੇ ਆਉਣ ਦੀ ਗੱਲ ਕਰਦਾ, ਇੱਕ ਮਾਈਗ੍ਰੇਸ਼ਨ ਵਧਾਉਣ ਦੀ ਗੱਲ ਕਰਦਾ, ਇਹਨਾਂ ਇਹਨਾਂ ਸਵਾਲਾਂ ਦੇ ਉੱਤੇ ਇੱਕ ਸਭਿਅਕ ਤੌਰ ਦੇ ਉੱਤੇ ਜਿਹੜੀ ਗੱਲਬਾਤ ਹੋਣੀ ਚਾਹੀਦੀ ਹੈ, ਇਹਨਾਂ ਦੀ ਜ਼ਰੂਰਤ ਹੈ ਪੰਜਾਬ ਦੀ ਸਰਕਾਰ ਨੂੰ। ਚਲੋ ਇਹ ਸਿਆਸਤਦਾਨਾਂ ਦੇ ਠੰਡੇ ਕਮਰਿਆਂ 'ਚ ਜੇ ਕਿਤੇ ਗੱਲਾਂ ਪਹੁੰਚਣ ਤੇ ਜੇ ਉਹ ਸੁਣਨ, ਮੈਨੂੰ ਲੱਗਦਾ ਕਿ ਪੰਜਾਬ ਆਉਣ ਵਾਲੇ ਦਿਨਾਂ 'ਚ ਮੁੜ ਸੋਨੇ ਦੀ ਚਿੜੀ ਜਿਹਨੂੰ ਕਿਹਾ ਜਾਂਦਾ ਸੀ ਉਹਦੇ ਵੱਲ ਵੱਧ ਸਕਦਾ। ਪਰ ਚਲੋ ਅਗਲੇ ਮਸਲੇ ਦੇ ਵੱਲ ਪਤੀ ਸਾਹਿਬ ਵਧੀਏ ਤੇ ਗੱਲਬਾਤ ਜਿਹੜੀ ਆ ਬਿੱਟੂ ਹੋਣਾ ਵੱਲੋਂ ਟਵੀਟ ਕੀਤਾ ਗਿਆ, ਰਵਨੀਤ ਬਿੱਟੂ ਉਹ ਲੀਡਰਾਂ ਦੇ ਵਿੱਚ ਨੇ ਜਿਹੜੇ ਅਕਸਰ ਐਸਾ ਮਸਲਾ ਛੇੜ ਲੈਂਦੇ ਨੇ, ਪੰਜਾਬੀ ਦੀ ਕਹਾਵਤ ਹੈ ਕਿ ਆ ਬੈਲ ਮੁਝੇ ਮਾਰ, ਆਪਾਂ ਆਪ ਛੇੜ ਕੇ ਦੇਖਦੇ ਹਾਂ ਜਦੋਂ ਕੋਈ ਮੂਹਰੇ ਵਾਲਾ ਨਾ ਬੋਲੇ। ਇੱਕ ਟਵੀਟ ਕੀਤਾ ਗਿਆ, ਪਤੀ ਸਾਹਿਬ ਤੁਸੀਂ ਵੀ ਵਿਚਰਦੇ ਹੋ ਬਾਹਰ, ਮੈਂ ਵੀ ਵਿਚਰ ਰਿਹਾ, ਜਦੋਂ ਤੋਂ ਇਹ ਜੱਫੀ ਵਾਲੀ ਘਟਨਾ ਹੋਈ ਆ ਤੁਹਾਨੂੰ ਹੁਣ ਤੱਕ ਕਿੰਨੇ ਕੁ ਮਿਲੇ ਬੰਦੇ ਜਿਨ੍ਹਾਂ ਨੇ ਇਹ ਗੱਲ ਆਖੀ ਹੋਵੇ ਕਿ ਵੀ ਪਤੀ ਸਾਹਿਬ ਮਜੀਠੀਆ ਸਾਹਿਬ ਨੇ ਸਿੱਧੂ ਸਾਹਿਬ ਨੂੰ ਜਿਵੇਂ ਜੱਫੀ ਪਾਈ ਆ, ਕਾਂਗਰਸੀਆਂ ਦਾ ਨੁਕਸਾਨ ਬਹੁਤ ਹੋਇਆ, ਕਿੰਨੇ ਕੁ ਬੰਦਿਆਂ ਦੇ ਇਦਾਂ ਦੇ ਸਵਾਲ ਰਹੇ ਤੁਹਾਨੂੰ? ਦੇਖੋ ਕਹਿੰਦੀ ਜੀ, ਲੋਕਾਂ ਨੂੰ ਇਹ ਗੱਲ ਸਾਫ਼ ਤੇ ਸਪਸ਼ਟ ਹੀ ਹੈ ਕਿ ਅਕਾਲੀਆਂ ਕਾਂਗਰਸੀਆਂ ਜਾਂ ਸਾਰੇ ਰੀਜਨਲ ਲੀਡਰਾਂ 'ਚ, ਈਵਨ ਆਮ ਆਦਮੀ ਪਾਰਟੀ ਵਾਲੇ ਵੀ ਮਤਲਬ ਅਕਾਲੀਆਂ ਕਾਂਗਰਸੀਆਂ 'ਚ ਆਇਆ ਹੋਇਆ ਇੱਕ ਵੱਡਾ ਹਿੱਸਾ, 70% ਤਾਂ ਮਤਲਬ ਇਹਨਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਨੇ, ਆਪਸ ਦੇ ਵਿੱਚ ਇਹਨਾਂ ਦੀਆਂ ਲਿਹਾਜ਼ਦਾਰੀਆਂ ਨੇ, ਇਹ ਬਿਆਨ ਹੋਰ ਦਿੰਦੇ ਨੇ ਔਰ ਉਦੋਂ ਬਾਅਦ ਇੱਕ ਦੂਜੇ ਦੇ ਨਾਲ ਹਾਸੇ ਠੱਠਾ ਹੋਰ ਹੁੰਦਾ ਇਹਨਾਂ ਦਾ। ਮਤਲਬ ਇਹ ਜਿਹੜਾ ਵਿਕਰਮਜੀਤ ਮਜੀਠੀਆ ਤੇ ਨਵਜੋਤ ਸਿੱਧੂ ਦੀ ਜੱਫੀ ਕੋਈ ਅਲੋਕਾਰੀ ਗੱਲ ਨਹੀਂ ਹੈ, ਮਤਲਬ ਇਹਨਾਂ ਦੇ ਆਪਸੀ ਰਿਲੇਸ਼ਨ ਬਾਕੀ ਸਿਆਸਤਦਾਨਾਂ ਦੇ ਵੀ ਇੱਦਾਂ ਦੇ ਨੇ। ਅੱਜ ਤੁਸੀਂ ਰਵਨੀਤ ਬਿੱਟੂ ਦੇ ਟਵੀਟ ਦੀ ਗੱਲ ਕੀਤੀ,
ਰਵਨੀਤ ਬਿੱਟੂ ਤਾਂ ਖੁਦ ਮਤਲਬ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣਿਆ ਫੁੱਲੇ ਨਹੀਂ ਸੀ ਸਮਾ ਰਿਹਾ, ਕਹਿੰਦਾ ਜੀ ਜਦੋਂ ਮੈਂਬਰ ਪਾਰਲੀਮੈਂਟ ਹੁੰਦਾ ਸੀ ਸਾਡੀ ਬੜੀ ਸਾਂਝ ਸੀ ਆਪਸ ਦੇ ਵਿੱਚ, ਬਹੁਤ ਨੇੜਤਾ ਸੀ ਸਾਡੀ, ਤੇ ਪਰਿਵਾਰ ਨੂੰ ਲੈ ਕੇ ਮਿਲਣ ਵੀ ਗਿਆ ਸੀ ਭਗਵੰਤ ਮਾਨ ਨੂੰ ਰਵਨੀਤ ਬਿੱਟੂ, ਬੜੀਆਂ ਮਤਲਬ ਇਹ ਖੁਦ ਭਗਵੰਤ ਮਾਨ ਨਾਲ ਜੱਫੀਆਂ ਪਾ ਰਿਹਾ ਸੀ ਔਰ ਕਹਿ ਰਿਹਾ ਸੀ ਕਿ ਅਸੀਂ ਤਾਂ MP ਦਾ ਜਿਹੜਾ ਸਾਡਾ ਪੀਰੀਅਡ ਰਿਹਾ ਨਾ ਦੋਨਾਂ ਦਾ ਬਹੁਤ ਵਧੀਆ ਰਿਹਾ, ਸਾਡੀ ਬੜੀ ਸਾਂਝ ਸੀ ਆਪਸ ਦੇ ਵਿੱਚ। ਹੁਣ ਇਹਨਾਂ ਦੀ ਕਿਹੜੀ ਸਾਂਝ ਸੀ ਆਪਸ ਦੇ ਵਿੱਚ? ਮੈਨੂੰ ਤਾਂ ਬਿੱਟੂ ਦੀ ਸਾਂਝ ਨਹੀਂ ਸਮਝ ਆਈ ਅੱਜ ਤੱਕ, ਭਗਵੰਤ ਮਾਨ ਨਾਲ ਕੀ ਸਾਂਝ ਸੀ ਇਹਦੀ? ਭਗਵੰਤ ਮਾਨ ਤਾਂ ਬੋਲਦਾ ਰਿਹਾ, ਮਜ਼ਾਕ ਉਡਾਉਂਦਾ ਰਿਹਾ ਕਾਂਗਰਸੀਆਂ ਦਾ, ਅਕਾਲੀਆਂ ਦਾ। ਭਗਵੰਤ ਮਾਨ ਤਾਂ ਈਵਨ ਜੇ ਮੈਂ ਇਹ ਕਹਿਣਾ ਹੋਵੇ ਵੀ ਚੁਟਕਲੇ ਸੁਣਾ ਸੁਣਾ ਅਕਾਲੀਆਂ ਕਾਂਗਰਸੀਆਂ ਦੇ ਉੱਤੇ ਰੋਜੀ ਰੋਟੀ ਚਲਾਉਂਦਾ ਰਿਹਾ, ਤੇ ਇਹ ਕਹਿੰਦੇ ਨੇ ਵੀ ਸਾਡੀ ਸਾਂਝ ਸਾਂਝ ਰਹੀ ਹੈਗੀ। ਤਾਂ ਇਸ ਕਰਕੇ ਜਿਹੜਾ ਇਹ ਮਸਲਾ ਹੈਗਾ, ਇਹ ਮਸਲਾ ਇਸ ਰੂਪ ਦਾ ਨਹੀਂ ਹੈ, ਮਸਲਾ ਇਹ ਹੈਗਾ ਕਿ ਇਹਨਾਂ ਦੀ ਮਤਲਬ ਸਾਂਝਾਂ ਪੁਰਾਣੀਆਂ ਨੇ। ਪਹਿਲਾਂ ਵੀ ਸਿੱਧੂ ਸਾਰਾ ਕੁਛ ਤਾਂ ਦੱਸਦਾ ਰਿਹਾ ਵੀ ਕੋਇਲ ਚਲਾਉਂਦਾ ਹੁੰਦਾ ਸੀ, ਔਰ ਇਹਨਾਂ ਨੂੰ ਮਤਲਬ ਇਹ ਤਾਂ ਅਸਲ ਦੇ ਵਿੱਚ ਇਹਨਾਂ ਦੀ ਸਾਂਝ ਜਿਹੜੀ ਹੈ ਉਹ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜੀ ਆ ਉਹ ਵੱਡਾ ਕੌਣ ਛੋਟਾ ਕੌਣ ਉਹਦੇ ਚ ਮਤਲਬ ਬਦਲੀ ਆ। ਅਦਰਵਾਈਜ਼ ਜਦੋਂ ਸਿੱਧੂ ਨੇ ਆ ਕੇ ਇਲੈਕਸ਼ਨ ਲੜੀ ਹੈ MP ਦੀ, ਜਦੋਂ 9 ਮਾਸ ਦਾ ਰਿਸ਼ਤਾ ਹੁੰਦਾ ਸੀ ਤਾਂ ਉਦੋਂ ਇਹ ਵੀ 9 ਮਾਸ ਦੇ ਰਿਸ਼ਤੇ ਵਾਲੇ ਚ ਇੱਕ ਉੱਧਰ ਹੁੰਦਾ ਸੀ ਇੱਕ ਉੱਧਰ ਹੁੰਦਾ ਸੀ, ਇੱਕ 9 ਕਨੀ ਹੁੰਦਾ ਸੀ ਇੱਕ ਮਾਸ ਕਨੀ ਹੁੰਦਾ ਸੀ ਜੀ। ਬਿਲਕੁਲ, ਸੋ ਇਹ ਜ਼ਰੂਰ ਹੈ, ਪਰ ਰਵਨੀਤ ਬਿੱਟੂ ਹੋਣਾ ਦੇ ਇਸ ਟਵੀਟ ਨੂੰ ਮੈਨੂੰ ਲੱਗਦਾ ਕਿ ਬਹੁਤਾ ਕਾਂਗਰਸੀ ਵੀ ਨਹੀਂ ਮਿਲਦਾ ਜਾਂ ਹਾਈਕਮਾਨ ਦੇ ਲਈ ਵੀ ਇਹ ਕੋਈ ਬਹੁਤੀ ਤਰਜੀਹ ਵਾਲਾ ਮਸਲਾ ਨਹੀਂ ਰਿਹਾ, ਕਿਉਂਕਿ ਸਮਾਜਿਕ ਜਿਹੜੇ ਰਿਸ਼ਤੇ ਨੇ ਜੇਕਰ ਉਹਨਾਂ ਨੂੰ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋ, ਜੇਕਰ ਇਕੱਠੇ ਹੋ ਕੇ ਕਿਤੇ ਪੰਜਾਬ ਦੇ ਭਲੇ ਦੀ ਗੱਲ ਕਰਨ ਨੂੰ ਮਿਲਦਾ, ਉਸ ਤੋਂ ਵਧੀਆ ਗੱਲ ਕੋਈ ਨਹੀਂ। ਤੇ ਇਸ ਤੋਂ ਅਗਲੇ ਪਾਸੇ ਆਮ ਆਦਮੀ ਪਾਰਟੀ ਵਾਲੇ ਪਾਸੇ ਚੱਲੀਏ, ਦਿੱਲੀ ਵਾਲੇ ਪਾਸੇ ਨੂੰ, ਤੇ ਪਤੀ ਸਾਹਿਬ ਕਹਿੰਦੇ ਸਿਸੋਦੀਆ ਸਾਹਿਬ ਨੂੰ 1 ਦਿਨ ਦੀ ਜ਼ਮਾਨਤ ਮਿਲੀ ਸੀ ਪਰ ਪਰਿਵਾਰ ਨਾਲ ਮੇਲਜੋਲ ਨਹੀਂ ਹੋ ਸਕਿਆ, ਕੀ ਕਾਰਨ ਰਿਹਾ? ਮਨੀਸ਼ ਸਿਸੋਦੀਆ ਜਨਵਰੀ ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਹੈ, ਜਨਵਰੀ ਲਾਸਟ ਤੋਂ। ਮਨੀ ਲਾਂਡਰਿੰਗ ਤੇ ਹੋਰ ਕਈ ਮਸਲੇ ਨੇ, ਮਸਲਾ ਮੇਨਲੀ ਹੈ ਜਿਹੜਾ ਉਹ ਉੱਥੇ ਸ਼ਰਾਬ ਕਾਰੋਬਾਰ ਨਾਲ ਜੁੜਿਆ ਹੋਇਆ, ਜਿਹੜਾ ਦੀਪ ਮਲਹੋਤਰੇ ਨੂੰ ਇਹ ਲੈ ਕੇ ਗਏ ਉੱਥੇ। ਕਿਉਂਕਿ ਜਦੋਂ ਤੁਸੀਂ ਗਗਨਦੀਪ ਜੀ ਗੱਲ ਕਰ ਰਹੇ ਸੀ ਕਿ ਪੈਸਾ ਜਨਰੇਟ ਕੀਤਾ ਜਾ ਸਕਦਾ ਸਟੇਟ ਗੌਰਮੈਂਟਾਂ ਚਾਹੁਣ ਤਾਂ, ਜੇ ਆਪਣੀ ਪੰਜਾਬ ਗੌਰਮੈਂਟ ਤਾਂ ਸ਼ਰਾਬ ਦੇ ਠੇਕੇ ਸਰਕਾਰੀ ਰੂਪ ਚ ਚਲਾਉਣ ਲੱਗ ਜੇ ਪੈਸਾ ਇੱਥੋਂ ਹੀ ਜਨਰੇਟ ਹੋ ਜੂ। ਇਹ ਦਿੱਲੀ ਨਾਲ ਜੁੜਦਾ ਮਸਲਾ, ਮਨੀਸ਼ ਸਿਸੋਦੀਆ ਨਾਲ ਜੁੜਦਾ, ਮੈਂ ਤਾਂ ਜ਼ਿਕਰ ਕੀਤਾ। ਦਿੱਲੀ ਚ ਸ਼ਰਾਬ ਦੇ ਠੇਕੇ ਸਰਕਾਰੀ, ਪਿਛਲੇ ਸਮੇਂ ਉੱਥੇ ਸਰਕਾਰਾਂ ਮਤਲਬ ਸ਼ਰਾਬ ਵੇਚਦੀਆਂ ਨੇ। ਇਹ ਆਮ ਆਦਮੀ ਪਾਰਟੀ ਵਾਲੇ ਇੱਕ ਨਵੀਂ ਪਾਲਿਸੀ ਲੈ ਕੇ ਆਏ ਸੀ ਜਿਹਦੇ ਤਹਿਤ ਇਹਨਾਂ ਨੇ ਪ੍ਰਚੂਨ ਖੇਤਰ ਦੇ ਵਿੱਚ ਪ੍ਰਾਈਵੇਟ ਤੌਰ ਤੇ ਸ਼ਰਾਬ ਵਿਕਾਉਣੀ ਸ਼ੁਰੂ ਕੀਤੀ ਸੀ। ਇਹ ਪੰਜਾਬ ਚ ਦੀਪ ਮਲਹੋਤਰੇ ਨੂੰ ਲੈ ਗਏ ਸੀ ਸ਼ਿੰਗਾਰ ਕੇ, ਬਹੁਤ ਵੱਡਾ ਸ਼ਰਾਬ ਕਾਰੋਬਾਰੀ ਹੈ ਜਿਹਦੀ ਜੀਰੇ ਸ਼ਰਾਬ ਫੈਕਟਰੀ ਹੈ। ਖੈਰ ਉਹ ਸਾਰੇ ਮਸਲੇ ਦੇ ਵਿੱਚ ਮਨੀਸ਼ ਸਿਸੋਦੀਆ ਗਏ ਜਿਹੜੇ ਉਹ ਜੇਲ੍ਹ ਦੇ ਵਿੱਚ ਹੈ। ਮਨੀਸ਼ ਸਿਸੋਦੀਆ ਦੀ ਪਤਨੀ ਇੱਕ ਗੰਭੀਰ ਬਿਮਾਰੀ ਦੇ ਪੀੜਤ ਹੈ ਔਰ ਉਸ ਬਿਮਾਰੀ ਦੇ ਵਿੱਚ ਉਹਨਾਂ ਦੀ ਹਾਲਤ ਆ ਜਿਹੜੀ ਕੋਈ ਬਹੁਤੀ ਵਧੀਆ ਨਹੀਂ ਹੈ ਉਹਨਾਂ ਦੀ ਵਾਈਫ ਦੀ, ਔਰ ਗੰਭੀਰ ਬਿਮਾਰੀ ਦੇ ਕਾਰਨ ਮਨੀਸ਼ ਸਿਸੋਦੀਆ ਨੂੰ ਅਦਾਲਤ ਦੇ ਵਿੱਚੋਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਦੀ ਇਜਾਜ਼ਤ ਮਿਲੀ ਸੀ ਕਿ ਤੁਸੀਂ ਘਰੇ ਜਾ ਕੇ ਆਪਣੀ ਪਤਨੀ ਨੂੰ ਮਿਲ ਸਕਦੇ ਹੋ, ਉਹਨਾਂ ਦਾ ਹਾਲ ਚਾਲ ਪੁੱਛ ਸਕਦੇ ਹੋ। ਅੱਜ ਪੁਲਿਸ ਮਨੀਸ਼ ਸਿਸੋਦੀਆ ਨੂੰ 1 ਦਿਨ ਦੀ ਜ਼ਮਾਨਤ ਦੇ ਉੱਤੇ 9 ਤੋਂ 5 ਉਹਨਾਂ ਦੇ ਘਰ ਲੈ ਕੇ ਗਈ, ਲੇਕਿਨ ਉਹਨਾਂ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਪਤਨੀ ਦੀ ਹਾਲਤ ਗੰਭੀਰ ਹੋ ਗਈ ਜਿਸ ਕਰਕੇ ਉਹਨੂੰ ਹੌਸਪੀਟਲ ਸ਼ਿਫਟ ਕਰਨਾ ਪਿਆ। ਹੁਣ ਅਦਾਲਤ ਦੇ ਹੁਕਮ ਸੀ ਕਿ ਘਰੇ ਜਾ ਕੇ ਮਿਲ ਸਕਦੇ ਹੋ, ਤਾਂ ਇਨ ਬਿਨ ਲਾਗੂ ਕੀਤੇ ਗਏ ਜੀ, ਔਰ ਮਨੀਸ਼ ਸਿਸੋਦੀਆ ਨੂੰ ਕਿਹਾ ਵੀ ਘਰੇ ਜਾ ਕੇ ਕਿਹਾ ਗਾ ਅਦਾਲਤ ਨੇ, ਹਸਪਤਾਲ ਜਾ ਕੇ ਨਹੀਂ। ਉਹਦੀ ਵਾਈਫ ਹਸਪਤਾਲ ਚਲੀ ਗਈ,
ਤਾਂ ਉਹਨੂੰ ਮਤਲਬ ਮਿਲ ਨਹੀਂ ਸਕੇ ਉਹ, ਲੇਕਿਨ ਉਹਦੀ ਅੰਤਰਿਮ ਜ਼ਮਾਨਤ ਦੇ ਉੱਤੇ ਫੈਸਲਾ ਰਾਖਵਾਂ ਰੱਖਿਆ ਹੋਇਆ। ਇਹ ਲੱਗਦਾ ਗਾ ਕਿ ਉਹਨੂੰ ਜ਼ਮਾਨਤ ਆ ਜਿਹੜੀ ਮਿਲ ਸਕਦੀ ਹੈ। ਜੀ ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਸੋਧੀਆਂ ਹੋਣ ਵਾਲਾ ਮਸਲਾ ਵੀ ਬਹੁਤ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਅੱਗੇ ਰੱਖਿਆ ਜਾਂਦਾ ਹੈ। ਬੇਸ਼ੱਕ ਦਿੱਲੀ ਦੀ ਸ਼ਰਾਬ ਪਾਲਿਸੀ ਵਾਲੀ ਮਸਲਾ ਹੀ ਆ, ਤੇ ਪੰਜਾਬ ਦੇ ਵਿੱਚ ਵੀ ਇਹ ਮਸਲੇ ਨੂੰ ਇਸ ਸਾਰੀ ਸਟ੍ਰੈਟੇਜੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਕੇ ਉਹ ਤੋਂ ਬਾਅਦ ਉਹਤੇ ਯੂ ਟਰਨ ਵੀ ਜਿਹੜਾ ਸਰਕਾਰ ਦੇ ਵੱਲੋਂ ਸਾਬਿਤ ਹੋਇਆ। ਸੋ ਇਹ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲਈ ਵੱਡਾ ਮਸਲਾ ਜਿਹੜਾ ਹੈ ਉਹ SCPC ਦੀਆਂ ਚੋਣਾਂ, ਕਿਹੜਾ ਕਿੱਧਰੋਂ ਕਿਵੇਂ ਲੜੇਗਾ ਇਹ ਬਣਨ ਵਾਲਾ। ਤੇ ਦੂਜੇ ਪਾਸੇ MP ਦੇ ਲੋਕ ਸਭਾ ਦੇ ਇਲੈਕਸ਼ਨ ਵੀ ਭੱਜੇ ਆਉਂਦੇ ਨੇ, ਉਹਦੇ ਵਿੱਚ ਬਾਕੀ ਚੋਣਾਂ ਵੀ ਹੋਣਗੀਆਂ, ਪਰ ਸਿਆਸਤਦਾਨਾਂ ਦੀ ਆਪਸ ਦੇ ਵਿੱਚ ਜਿਹੜੀ ਚਾਹੇ ਉਹ ਘਿਓ ਖਿਚੜੀ ਹੁੰਦੇ ਨੇ ਜਾਂ ਇੱਕ ਦੂਜੇ ਦੇ ਨੌ ਮਾਸ ਵਾਲੇ ਰਿਸ਼ਤੇ ਨੂੰ ਤਾਰ ਤਾਰ ਕਰਦੇ ਨੇ, ਇਹ ਸਾਰੀਆਂ ਗੱਲਾਂ ਆਉਣ ਵਾਲੇ ਦਿਨਾਂ ਦੇ ਵਿਸ਼ਿਆਂ ਦੇ ਵਿੱਚ ਰਹਿਣਗੀਆਂ। ਇੱਕ ਮਸਲਾ ਆਖਰ ਦੇ ਵਿੱਚ ਜਾਂਦੇ ਜਾਂਦੇ ਜ਼ਰੂਰ ਤੁਹਾਡੇ ਨਾਲ ਸਾਂਝ ਪਾ ਦਈਏ ਕਿ ਮੁਲਕ ਦੇ ਇੱਕ ਹਿੱਸੇ ਦੇ ਵਿੱਚ ਬਹੁਤ ਭਿਆਨਕ ਜਿਹੜਾ ਰੇਲ ਦਾ ਐਕਸੀਡੈਂਟ ਹੋਇਆ ਪਤੀ ਸਾਹਿਬ, ਉਸ ਦੇ ਉੱਤੇ ਜ਼ਰੂਰ ਆਪਾਂ ਤੁਹਾਡੀ ਟਿੱਪਣੀ ਚਾਹਾਂਗੇ ਕਿ ਕਿੰਨੇ ਕੁ ਹੁਣ ਤੱਕ ਜਿਹੜੇ ਨੇ ਇਸ ਜਹਾਨ ਤੋਂ ਜਾ ਚੁੱਕੇ ਨੇ, ਕਿੰਨੇ ਕੁ ਜਿਹੜੇ ਨੇ ਜ਼ਖਮੀ ਨੇ, ਉਹ ਜ਼ਰੂਰ ਵੇਰਵਾ ਜਿਹੜਾ ਆਪਾਂ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਈਏ। ਗਗਨਦੀਪ ਜੀ, ਬਹੁਤ ਮੰਦਭਾਗਾ ਹਾਦਸਾ ਹੋਇਆ ਉੜੀਸਾ ਦੇ ਵਿੱਚ। 3 ਰੇਲ ਗੱਡੀਆਂ ਟਕਰਾਈਆਂ ਨੇ ਔਰ ਇਹਨਾਂ ਰੇਲ ਗੱਡੀਆਂ ਦੇ ਟਕਰਾਉਣ ਦੇ ਨਾਲ ਲਗਭਗ 300 ਦੇ ਕਰੀਬ ਮੌਤਾਂ ਨੇ ਜਿਹੜੀਆਂ ਹੋਈਆਂ ਨੇ, 1000 ਦੇ ਲਗਭਗ ਜ਼ਖਮੀ ਹੋਏ ਨੇ ਔਰ ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਗਾ ਔਰ ਉਸ ਉਹਨਾਂ ਦੇ ਜਾਣ ਤੋਂ ਪਹਿਲਾਂ ਨਰਿੰਦਰ ਮੋਦੀ ਹੋਰਾਂ ਦੇ ਰੇਲਵੇ ਮੰਤਰੀ ਦੇ ਵੱਲੋਂ ਦੌਰਾ ਗਾ ਜਿਹੜਾ ਉਹ ਕੀਤਾ ਗਿਆ। ਸੋ ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਲੇਕਿਨ ਇਹ ਘਟਨਾ ਦੇ ਜ਼ਿੰਮੇਵਾਰ ਜਿਹੜੇ ਨੇ ਉਹ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ, ਪਰ ਸਰਕਾਰ ਕਿਤੇ ਨਾ ਕਿਤੇ ਨਖਿੱਧ ਸਾਬਤ ਹੋ ਰਹੀ ਆ, ਕਿਉਂਕਿ ਅਸੀਂ ਗੱਲਾਂ ਤਾਂ ਬੁਲਟ ਟ੍ਰੇਨ ਚਲਾਉਣ ਦੀਆਂ ਕਰਦੇ ਹਾਂ, ਅਸੀਂ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ ਹਾਂ, ਪਰ ਇੱਥੇ ਲਾਪਰਵਾਹੀ ਕਿੱਡੀ ਵੱਡੀ ਹੋਈ ਆ। ਅੱਜ ਕੱਲ੍ਹ ਤਾਂ ਟੈਕਨੋਲੋਜੀ ਇੰਨੀ ਇਹੋ ਜਿਹੀ ਹੋ ਗਈ ਗਗਨਦੀਪ ਜੀ, ਵੱਖ ਵੱਖ ਮੁਲਕਾਂ ਦੀ ਜੇ ਦੇਖੀਏ, ਹੁਣ ਭਾਰਤ ਦੇ ਵਿੱਚ ਵੀ ਇੱਕ ਐਂਟੀ ਕੋਲੀਜਨ ਸਿਸਟਮ ਹੈ, ਉਹਦੇ ਤਹਿਤ ਜਦੋਂ ਰੇਲ ਗੱਡੀਆਂ ਟਕਰਾ ਨਹੀਂ ਸਕਦੀਆਂ, ਜੋ ਸਿਸਟਮ ਰੇਲ ਗੱਡੀ ਚ ਲੱਗਿਆ ਹੋਵੇ, ਹੁਣ ਇਹ ਪਤਾ ਲੱਗਿਆ ਕਿ ਰੇਲ ਗੱਡੀ ਚ ਉਹ ਸਿਸਟਮ ਹੀ ਨਹੀਂ ਲੱਗਿਆ ਹੋਇਆ ਐਂਟੀ ਕੋਲੀਜਨ, ਇੱਕ ਹੋਰ ਸਿਸਟਮ ਕਵਚ ਕਹਿੰਦੇ ਨੇ ਉਹਨੂੰ, ਕਬਜ਼, ਔਰ ਕਵਚ ਜੇ ਲੱਗਿਆ ਹੋਵੇ ਸਿਸਟਮ ਤਾਂ ਉਹਦੇ ਨਾਲ ਜੇ ਜੰਪ ਹੁੰਦਾ ਗਾ ਸਿਗਨਲ ਤਾਂ ਆਪਦੇ ਆਪ ਰੇਲ ਗੱਡੀ ਰੁਕ ਜਾਂਦੀ ਹੈ, ਇਵਨ ਜੇ ਬ੍ਰੇਕ ਫੇਲ ਹੋਣ ਤਾਂ ਵੀ ਰੇਲ ਗੱਡੀ ਰੁਕ ਜਾਂਦੀ ਹੈ। ਇੱਦਾਂ ਦੇ ਸਿਸਟਮ, ਇੱਦਾਂ ਦੀ ਟੈਕਨੋਲੋਜੀ ਆ ਜਿਹੜੀ ਉਹ ਹੈਗੀ ਆ, ਲੇਕਿਨ ਅਸੀਂ ਅੱਜ ਫਿਰ ਉੱਥੇ ਖੜੇ ਹਾਂ, ਅਸੀਂ ਮਤਲਬ ਗੱਲਾਂ ਬਹੁਤ ਵੱਡੀਆਂ ਕਰਦੇ ਹਾਂ, ਅਸੀਂ ਜਦੋਂ ਆਲੋਚਨਾ ਕਰਦੇ ਹਾਂ ਤਾਂ ਉਹਨੂੰ ਕਹਿ ਦਿੱਤਾ ਜਾਂਦਾ ਵੀ ਇਹ ਦੇਸ਼ ਦੇ ਖਿਲਾਫ ਬੋਲਦਾ, ਮਤਲਬ ਸੋਸ਼ਲ ਮੀਡੀਆ ਦੇ ਉੱਤੇ ਵੀ ਕਹਿ ਦਿੱਤਾ ਜਾਂਦਾ ਹੇਟ ਸਪੀਚ ਹੈ ਜੀ, ਇਹਨੂੰ ਬੰਦ ਕਰੋ ਜੀ, ਹੇਟ ਸਪੀਚ ਹੈ, ਲੇਕਿਨ ਤੱਥ ਇਹ ਦੱਸਦੇ ਨੇ ਕਿ ਸਾਡੇ ਮੁਲਕ ਦੇ ਵਿੱਚ ਰੇਲ ਹਾਦਸਿਆਂ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਨੇ, ਇਹ ਪਹਿਲਾਂ ਵੀ ਜਾਂਦੀਆਂ ਰਹੀਆਂ ਨੇ। 1981 ਦੇ ਵਿੱਚ ਬਿਹਾਰ 'ਚ ਇੱਕ ਹਾਦਸਾ ਹੋਇਆ ਸੀ, 500 ਮੌਤਾਂ ਹੋਈਆਂ ਸੀ। 1995 ਦੇ ਵਿੱਚ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਵਿੱਚ ਇੱਕ ਰੇਲ ਹਾਦਸਾ ਹੋਇਆ ਸੀ, 350 ਮੌਤ ਹੋਈ ਸੀ। 1999 ਦੇ ਵਿੱਚ ਗੈਸਲ 'ਚ ਹੋਇਆ ਸੀ, 290 ਮੌਤਾਂ ਹੋਈਆਂ ਸੀ। 1998 ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਮਤਲਬ ਗੋਲਡਨ ਟੈਂਪਲ ਐਕਸਪ੍ਰੈਸ ਦਾ ਇੱਕ ਹਾਦਸਾ ਖੰਨਾ ਵਿੱਚ ਹੋਇਆ ਸੀਗਾ ਔਰ 212 ਮੌਤਾਂ ਹੋਈਆਂ ਸੀ। ਲਾਸਟ ਹਾਦਸਾ 16 'ਚ ਹੋਇਆ ਸੀ ਵੱਡਾ, ਜਿਹਦੇ 150 ਮੌਤਾਂ ਹੋਈਆਂ ਸੀ। ਸੋ ਇਹ ਅਸੀਂ ਸਿੱਖਿਆ ਕਿੱਥੋਂ ਹੈ, ਰੇਲਵੇ ਦੇ ਵਿੱਚ ਜੇ ਹੋ ਰਿਹਾ ਗਾ ਤਾਂ ਬਹੁਤ ਮੰਦਭਾਗਾ ਹੋ ਰਿਹਾ। ਪਰ ਇੱਕ ਗੱਲ ਹੈ ਗਗਨਦੀਪ ਜੀ, ਬਾਕੀ ਮੁਲਕਾਂ ਦੇ ਵਿੱਚ ਜੇ ਇੱਦਾਂ ਦਾ ਹਾਦਸਾ ਹੁੰਦਾ ਤਾਂ ਰੇਲ ਮੰਤਰੀ ਅਸਤੀਫਾ ਦਿੰਦਾ ਘੱਟੋ ਘੱਟ।
ਸੋ ਸਾਡੇ ਇੱਥੇ ਵੀ ਸਰਕਾਰ ਨੂੰ ਵੀ ਇਸ ਵਿਸ਼ੇ ਤੇ, ਦੋਸ਼ੀ ਜਿਹੜੇ ਅਫਸਰ ਨੇ, ਜਿਹੜੇ ਰੇਲਵੇ ਦੇ ਕਰਮਚਾਰੀ ਦੋਸ਼ੀ ਨੇ, ਉਹਨਾਂ 'ਚ ਸਿਸਟਮ ਕਿਉਂ ਨਹੀਂ ਸੀ ਰੇਲ ਗੱਡੀਆਂ 'ਚ, ਕਿਉਂ ਐਡਾ ਹਾਦਸਾ ਹੋਇਆ, ਕਿਹਦੀ ਲਾਪਰਵਾਹੀ ਸੀ, ਕਿੱਥੇ ਲਾਪਰਵਾਹੀ ਸੀ, ਉਹ ਚਿੰਨਤ ਕਰਕੇ ਉਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਆ, ਪਰ ਨਿਸ਼ਾਨਦੇਹੀ ਔਰ ਕਿਤੇ ਨਾ ਕਿਤੇ ਇਸ ਮਸਲੇ ਦੇ ਵਿੱਚ ਟਿੱਕਿਆ ਰੇਲਵੇ ਮੰਤਰੀ ਵੀ ਜਾਣਾ ਚਾਹੀਦਾ। ਜੀ ਬਿਲਕੁਲ ਬਿਲਕੁਲ ਸੋ, ਜ਼ਰੂਰ ਹੈ ਕਿ ਜੇ ਅਸੀਂ ਵੱਖ ਵੱਖ ਮੁਲਕਾਂ ਦੇ ਵਿੱਚ ਘੁੰਮਦੇ ਹਾਂ, ਵੱਖ ਵੱਖ ਮੁਲਕਾਂ ਦੇ ਵਿੱਚੋਂ ਕੁਝ ਸਿੱਖ ਕੇ ਇੱਧਰ ਲੈ ਕੇ ਆਉਂਦੇ ਹਾਂ, ਤਾਂ ਮੈਨੂੰ ਲੱਗਦਾ ਕਿ ਉੱਧਰੋਂ ਨੈਤਿਕਤਾ ਦਾ ਪਾਠ ਵੀ ਸਾਨੂੰ ਪੜ੍ਹ ਕੇ ਆਉਣਾ ਚਾਹੀਦਾ, ਕਿਉਂਕਿ ਉੱਥੇ ਜਿਹੜੇ ਅਸਤੀਫੇ ਦਿੱਤੇ ਜਾਂਦੇ ਨੇ ਜਾਂ ਉੱਥੇ ਜਿਹੜੀ ਜ਼ਿੰਮੇਵਾਰੀ ਕਿਸੇ ਘਟਨਾ ਦੀ ਲਈ ਜਾਂਦੀ, ਉਹ ਨੈਤਿਕਤਾ ਦੇ ਆਧਾਰ ਤੇ ਲਈ ਜਾਂਦੀ ਹੈ। ਸੋ ਉਸ ਨੈਤਿਕਤਾ ਸ਼ਬਦ ਨੂੰ ਮੈਨੂੰ ਲੱਗਦਾ ਕਿ ਸਾਡੇ ਮੁਲਕ ਦੇ ਸਿਆਸਤਦਾਨਾਂ ਨੂੰ ਵੀ ਸਿੱਖ ਲੈਣਾ ਚਾਹੀਦਾ ਤੇ ਵਿਚਾਰ ਲੈਣਾ ਚਾਹੀਦਾ। ਸੋ ਉਮੀਦ ਕਰਦੇ ਹਾਂ ਕਿ ਜਿੰਨੇ ਜ਼ਖਮੀ ਨੇ ਇਸ ਘਟਨਾ ਦੇ ਵਿੱਚ, ਪਰਮਾਤਮਾ ਜਿਹੜਾ ਉਹਨਾਂ ਨੂੰ ਜਲਦ ਸਿਹਤ ਜਾਪ ਕਰੇ, ਤੇ ਇਹ ਵੀ ਉਮੀਦ ਆ ਕਿ ਜਿਸ ਤਰ੍ਹਾਂ ਦੇ ਨਾਲ ਮੀਡੀਆ ਰਿਪੋਰਟਾਂ ਹੁਣ ਤੱਕ ਆ ਰਹੀਆਂ ਨੇ ਕਿ ਉਸ ਮਲਬੇ ਦੇ ਵਿੱਚ ਹੋਰ ਵੀ ਜਿਹੜੇ ਵਿਅਕਤੀ ਫਸੇ ਹੋ ਸਕਦੇ ਨੇ, ਹੋਰ ਵੀ ਜਿਹੜੀਆਂ ਜਾਨਾਂ ਗਈਆਂ ਹੋ ਸਕਦੀਆਂ। ਸੋ ਉਮੀਦ ਤੇ ਆਸ ਇਹੀ ਕਰਦੇ ਹਾਂ ਕਿ ਹੋਰ ਜਿਹੜੀ ਗਿਣਤੀ ਇਸ ਦੇ ਵਿੱਚ ਨਾ ਵਧੇ, ਤੇ ਜਿਹੜੇ ਫੱਟਣ ਨੇ ਉਹ ਸਿਹਤਯਾਬ ਹੋਣ ਤੇ ਆਪੋ ਆਪਣੇ ਘਰਾਂ ਨੂੰ ਪਰਤਣ। ਇਸੇ ਆਸ ਉਮੀਦ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਪਤੀ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ।